ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਖੁਸ਼ ਹੁੰਦਾ ਉਦੋਂ ਵੀ ਤੁਹਾਡੇ ਮੋਹਰੇ ਆ ਤੇ ਜਦੋਂ ਗਮ 'ਚ ਹੁੰਦੇ ਹਾਂ ਉਦੋਂ ਵੀ ਤੁਹਾਡੇ ਮੋਹਰੇ ਆ। ਅੱਜ ਖੁਸ਼ੀ ਦਾ ਕਾਰਨ ਆਹ ਵੀਰ ਨੇ ਮੇਰੇ ਔਰ ਮੈਨੂੰ ਪਰਮਾਤਮਾ ਕਸਮ ਮੈਨੂੰ ਹਜੇ ਤੱਕ ਇਹ ਵੀਰਾਂ ਦਾ ਨਾਮ ਵੀ ਨਹੀਂ ਪਤਾ ਹੈ ਕੌਣ ਨੇ, ਪਰ ਮੇਰੇ ਅੱਜ ਰੂਹ ਦੀ ਖੁਸ਼ੀ, ਮੇਰੀ ਇੱਕ ਅੱਜ ਕਹਿ ਲਓ ਕਿ ਮਨ ਦੀ ਸੈਟਿਸਫੈਕਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਰੂਹ ਖੁਸ਼ ਹੋਣੀ, ਉਹਦਾ ਕਾਰਨ ਇਹ ਵੀਰੇ ਨੇ। ਪਿਛਲੇ ਅੱਧੇ ਘੰਟੇ ਤੋਂ ਮੈਂ ਬਾਈਆਂ ਨਾਲ ਗੱਲਾਂ ਬਾਤਾਂ ਕਰ ਲਿਆ, ਬਾਈ ਦੇ ਸੰਘਰਸ਼ ਬਾਰੇ ਵੀ ਮੈਂ ਗੱਲਬਾਤ ਕਰ ਰਿਹਾ ਕਿ ਕਿੱਦਾਂ ਬ੍ਰਦਰ ਨੇ 4000 ਰੁਪਏ ਮਹੀਨੇ ਨੌਕਰੀ ਤੋਂ ਲੈ ਕੇ, ਜਦੋਂ ਕਿਸੇ ਟਾਈਮ 'ਚ 4000 ਰੁਪਏ ਮਹੀਨੇ 'ਤੇ ਨੌਕਰੀ ਕਰਦਾ ਸੀ ਬਾਈ, ਅਤੇ ਅੱਜ ਪਰਮਾਤਮਾ ਨੇ ਇਹ ਵੀਰੇ ਨੂੰ ਇੰਨੇ ਯੋਗਾ ਕਰਤਾ ਕਿ ਅੱਜ ਬਾਈ ਦਾ ਫੋਨ ਆਇਆ ਕਿ ਅੱਜ ਤੁਹਾਡੇ ਕੋਲ ਜਿੰਨੇ ਵੀ ਪੇਸ਼ੈਂਟ ਹੋਏ ਲੋੜਮੰਦ ਉਹਨਾਂ ਦੀ ਹੈਲਪ ਲਈ ਪਰਮਾਤਮਾ ਨੇ ਮੈਨੂੰ ਇੰਨੇ ਯੋਗਾ ਅੱਜ ਕਰਤਾ ਕਿ ਮੈਂ ਉਹਨਾਂ ਦੀ ਕੁਛ ਮਦਦ ਕਰਨਾ ਚਾਹੁੰਦਾ। ਔਰ ਅੱਜ ਬਾਈ ਇਸ ਲਈ ਹੁਣ ਤੱਕ ਖੜਾ, ਤਾਂ ਮੇਰੇ ਰੌਂਗਟੇ ਵੀ ਖੜ ਜਾਂਦੇ ਦੇਖ ਲਓ ਜਦੋਂ ਮੈਂ ਇੱਦਾਂ ਦੇ ਮਹਾਂਪੁਰਸ਼ਾਂ ਦੀ ਗੱਲ ਕਰਦਾ, ਸਾਡੇ ਲਈ ਮਹਾਂਪੁਰਸ਼ ਹੀ ਨੇ ਹੁਣ ਤੱਕ ਇਹ ਬਾਈ, ਇਸ ਲਈ ਖੜਾ ਕਿ ਵੀਰੇ ਕੋਈ ਹੋਰ ਮਰੀਜ਼ ਹੈਗਾ ਤੁਹਾਡੇ ਕੋਲ ਕਿਸੇ ਲੋੜਮੰਦ ਜੇ ਹੈਲਪ ਹੋਣੀ ਆ ਤਾਂ ਉਹਨੂੰ ਬੁਲਾ ਦਿਓ। ਅੱਜ ਇਹ ਵੀਰ ਹੋਣੀ ਸੇਵਾ ਕਰਨ ਆਏ ਨੇ ਅਤੇ ਜਿਨ੍ਹਾਂ ਦੀ ਹੈਲਪ ਕਰਕੇ ਚੱਲੇ ਨੇ ਉਹ ਇਸ ਪਾਸੇ ਬੈਠੇ ਨੇ, ਅਤੇ ਪੇਸ਼ੈਂਟ ਤਾਂ ਸਾਡੇ ਕੋਲ ਅੱਜ ਹੈਲਪ ਲੈਣ ਆਏ ਸੀ 30, ਤਾਂ ਤੁਸੀਂ ਦੇਖ ਸਕਦੇ ਹੋ। ਗੱਲਾਂ ਤਾਂ ਮੇਰੇ ਦਿਲ ਦੇ ਵਿੱਚ ਇੰਨੀਆਂ ਕੁ ਹੈਗੀਆਂ, ਜੇ ਕਿਤੇ ਮੈਨੂੰ ਖੁੱਲ੍ਹ ਕੇ ਕਦੀ ਮੌਕਾ ਮਿਲੇ ਨਾ ਇੰਟਰਵਿਊ ਕਰਨ ਦਾ, ਕੁਛ ਐਸੀਆਂ ਗੱਲਾਂ ਮੈਂ ਆਪਣੇ ਦਿਲ ਦੀਆਂ ਕਰਨਾ ਚਾਹੁੰਦਾ ਜੋ ਕਰਕੇ ਸ਼ਾਇਦ ਮੈਂ ਆਪਣੇ ਮਨ ਦਾ ਬੋਝ ਹਲਕਾ ਕਰ ਸਕਾਂ ਜੋ ਮੇਰੇ ਦਿਲ ਦੇ ਅੰਦਰ ਹੈ। ਪਰ ਲੋਕਾਂ ਦੀ ਹਰਕਤਾਂ ਦੇਖ ਕੇ, ਲੋਕਾਂ ਦੀ ਸੋਚ ਦੇਖ ਕੇ ਮੇਰਾ ਕਈ ਵਾਰ ਦਿਲ ਨਹੀਂ ਕਰਦਾ, ਮੈਂ ਸੋਚਦਾ ਕਿ ਅਨਮੋਲ ਆਪਣੇ ਅੰਦਰ ਹੀ ਉਹ ਗੱਲਾਂ ਮਾਰ ਲੈ ਜਿਹੜੀਆਂ ਤੂੰ ਕਰਨਾ ਚਾਹੁੰਦਾ, ਕਿਉਂਕਿ ਜਿਸ ਦਿਨ ਉਹ ਗੱਲਾਂ ਬਾਹਰ ਆ ਗਈਆਂ ਉਸ ਦਿਨ ਬਹੁਤ ਕਲੇਸ਼ ਪੈ ਜਾਏਗਾ, ਅਤੇ ਮੈਂ ਨਹੀਂ ਚਾਹੁੰਦਾ ਕਿ ਉਹ ਕਲੇਸ਼ ਪਵੇ, ਕਿਉਂਕਿ ਇਹ ਜਦੋਂ ਵੀ ਕੋਈ ਬੰਦਾ ਦਿਲ ਦੀ ਗੱਲ ਬੋਲਦਾ ਉਹ ਇਸ ਲਈ ਬੋਲਦਾ ਕਿ ਸਮਾਜ ਦੇ ਵਿੱਚ ਬਦਲਾਵ ਆਵੇ, ਅਤੇ ਮੈਨੂੰ ਲੱਗਦਾ ਮੇਰੀ ਇਕੱਲੇ ਦੀ ਕੋਈ ਇੰਨੀ ਔਕਾਤ ਨਹੀਂ ਕਿ ਮੈਂ ਕੋਈ ਸਮਾਜ ਦੇ ਵਿੱਚ ਬਦਲਾਵ ਲਿਆ ਸਕਾਂ। ਪਰ ਹਰ ਬੰਦੇ ਦਾ ਇੱਕ ਆਧਾਰ ਹੁੰਦਾ, ਇੱਕ ਉਹਦਾ ਆਪ ਦਾ ਇੱਕ ਪਰਸਨਲ ਕਹਿ ਲਓ ਕਿ ਇੱਕ ਉਹਦਾ ਹੱਕ ਹੁੰਦਾ ਬੋਲਣ ਦਾ ਔਨ ਸੋਸ਼ਲ ਮੀਡੀਆ, ਭਾਵੇਂ 4 ਲੋਕਾਂ ਦੇ ਵਿੱਚ। ਅਤੇ ਮੇਰੇ ਦਿਲ ਦੇ ਵਿੱਚ ਵੀ ਕੁਛ ਇੱਦਾਂ ਹੀ ਹੁੰਦਾ ਕਿ ਜਿਹੜੀ ਲੋਬੀ ਦੇ ਵਿੱਚ ਮੈਂ ਉੱਠਦਾ ਬੈਠਦਾ, ਜਦੋਂ ਮੈਂ ਉਸ ਲੋਬੀ ਨੂੰ ਦੇਖਦਾ ਅਤੇ ਦੂਜੇ ਪਾਸੇ ਮੈਂ ਇੱਦਾਂ ਦੇ ਲੋਕਾਂ ਨੂੰ ਦੇਖਦਾ ਜਿਹੜੇ ਆਪਣੇ 500 ਦੇ 1000 ਰੁਪਏ ਦੇ ਇਲਾਜ ਕਰਾਉਣ ਲਈ ਸਮਰੱਥ ਨਹੀਂ ਹੈਗੇ, ਤਾਂ ਫਿਰ ਕੁਐਸਚਨਿੰਗ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਜਦੋਂ ਮੈਂ ਵੀਡੀਓ ਦੇ ਵਿੱਚ ਗੁੱਸਾ ਕਰਦਾ ਲੋਕਾਂ ਨੂੰ, ਇਹ ਕਿਉਂ ਲੱਗਦਾ ਕਿ ਅਨਮੋਲ ਕਿਉਂ ਬੋਲਦਾ ਲੋਕਾਂ ਬਾਰੇ, ਅਨਮੋਲ ਇੰਨਾ ਗੁੱਸਾ ਕਿਉਂ ਕਰਦਾ। ਕੋਈ ਬੰਦਾ ਇਹ ਕਿਉਂ ਨਹੀਂ ਸੋਚਦਾ ਕਿ ਰੋਜ਼ ਇੱਕ ਲੋਕੇਸ਼ਨ 'ਤੇ ਅਨਮੋਲ ਨੇ ਜਾਣਾ, ਉੱਥੇ ਕੁਰਸੀ 'ਤੇ ਬਹਿ ਕੇ ਲੋਕਾਂ ਦੀ ਤਕਲੀਫਾਂ ਸੁਣਨੀਆਂ, ਉਸ ਤੋਂ ਬਾਅਦ ਉਹਨਾਂ ਦਾ ਹੱਲ ਕਰਨਾ, ਅਨਮੋਲ ਕੀ ਕਰੇ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਸਮਝਦਾ ਕਿ ਪਰਮਾਤਮਾ ਨੇ ਜਿਹੜੀ ਡਿਊਟੀ ਸਾਡੀ ਟੀਮ ਦੀ ਲਾਈ ਹੋਈ ਹੈ ਉਹ ਡਿਊਟੀ ਦੁਨੀਆ ਦੇ ਵਿੱਚ ਬਹੁਤ ਵਿਰਲੇ ਲੋਕਾਂ ਦੀ ਲੱਗਦੀ। ਉਹ ਡਿਊਟੀ ਇਹ ਹੈ, ਹੈਲਪ ਕਰਨਾ ਕਿਸੇ ਦੀ ਨਾ ਕਰਨਾ ਉਹ ਅਲੱਗ ਗੱਲ ਹੈ, ਪਰ ਕਿਸੇ ਦੀ ਹੈਲਪ ਸੁਣਨਾ, ਉਹਦੇ ਦੁੱਖਾਂ ਦੇ ਵਿੱਚ ਉਹਦੇ ਦੁੱਖ ਸੁਣਨਾ, ਮੈਨੂੰ ਲੱਗਦਾ ਇਹੀ ਬਹੁਤ ਵੱਡੀ ਗੱਲ ਹੈ। ਇੱਕ ਵਾਰੀ ਇੱਕ ਮੈਂ ਸਟੋਰੀ ਪੜ੍ਹੀ ਸੀ ਕਿਤੇ ਬਹੁਤ ਸੋਹਣੀ, ਇੱਕ ਬੰਦਾ ਰਾਤ ਨੂੰ ਸੁਸਾਈਡ ਕਰਨ ਦਾ ਸੋਚ ਲੈਂਦਾ ਵੀਰੇ, ਅਤੇ ਉਹ ਬੰਦਾ ਸੁਸਾਈਡ ਕਰਨ ਦਾ ਸੋਚ ਲੈਂਦਾ ਅਤੇ ਕਹਿੰਦਾ ਮੈਂ ਰਾਤ ਨੂੰ 1 ਵਜੇ ਇੱਕ ਅਨਨੋਨ ਨੰਬਰ 'ਤੇ ਐਵੇਂ ਨੰਬਰ ਡਾਇਲ ਕਰਨਾ ਅਤੇ ਉਸ ਤੋਂ ਬਾਅਦ ਮੈਂ ਸੁਸਾਈਡ ਕਰ ਲੈਣਾ। ਉਹ ਬੰਦਾ ਸੁਸਾਈਡ ਕਰਨ ਵਾਲਾ ਇੱਕ ਅਨਨੋਨ ਨੰਬਰ 'ਤੇ ਬਿਨਾਂ ਜਾਣ ਪਛਾਣ ਤੋਂ ਨੰਬਰ ਡਾਇਲ ਕਰਦਾ, ਫੋਨ ਕਰਦਾ ਕਿ ਹੈਲੋ ਮੈਨੂੰ ਨਹੀਂ ਪਤਾ ਤੁਸੀਂ ਕੌਣ ਬੋਲਦੇ ਹੋ, ਪਰ ਮੈਂ ਅੱਜ ਸੁਸਾਈਡ ਕਰਨ ਲੱਗਾ ਅਤੇ ਮੈਂ ਲਾਸਟ ਵਾਰੀ ਫੋਨ ਕਾਲ ਤੁਹਾਡੇ ਨਾਲ ਮਿਲਾਈ ਹੈ ਅਤੇ ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਫੋਨ ਕੱਟ ਕੇ ਸੁਸਾਈਡ ਕਰ ਲੈਣਾ। ਉਹ ਬੰਦਾ ਡਰ ਜਾਂਦਾ ਰਾਤ ਨੂੰ ਕਿ ਯਾਰ ਮੈਨੂੰ ਕਿੱਦਾਂ ਬਚਾਵਾਂ ਸੁਸਾਈਡ ਲਈ। ਉਹ ਬੰਦਾ 2 ਘੰਟੇ ਨੂੰ ਸਮਝਾਉਂਦਾ ਕਿ ਤੂੰ ਸੁਸਾਈਡ ਨਾ ਕਰ, ਤੇਰੇ ਬੱਚਿਆਂ ਦਾ ਕੀ ਬਣੂਗਾ, ਤੇਰੀ ਫੈਮਿਲੀ ਦਾ ਕੀ ਬਣੂਗਾ, ਲੋਕਾਂ ਨੇ ਇੰਨਾ, ਕਿਉਂਕਿ ਉਹਨੇ ਸਮਝਾਇਆ ਅਤੇ ਉਹ ਬੰਦਾ ਵੀ ਦਿਲ ਦੇ ਸਾਰੇ ਰਾਜ਼ ਦੱਸਦਾ ਕਿ ਮੈਂ ਸੁਸਾਈਡ ਇਸ ਲਈ ਕਰਨਾ ਆਹ ਕਰਨਾ। ਅਤੇ ਜਦੋਂ ਸਵੇਰ ਹੁੰਦੀ ਹੈ ਨਾ ਤਾਂ ਸਵੇਰੇ ਬੰਦਾ ਉਹਦੇ ਘਰ ਦਾ ਐਡਰੈਸ ਪੁੱਛ ਲੈਂਦਾ, ਰਾਤ ਨੂੰ ਤੂੰ ਰਹਿੰਦਾ ਕਿੱਥੇ ਆ, ਤਾਂ ਜਦੋਂ ਬੰਦਾ ਉਹਦੇ ਘਰ ਜਾਂਦਾ ਤਾਂ ਦੇਖਦਾ ਉਹ ਸੁਸਾਈਡ ਕੈਂਸਲ ਕਰ ਦਿੰਦਾ, ਤਾਂ ਉਹ ਬੰਦਾ ਸੁਸਾਈਡ ਕਰਨ ਵਾਲੇ ਨੂੰ ਪੁੱਛਦਾ ਕਿ ਤੂੰ ਸੁਸਾਈਡ ਕੈਂਸਲ ਕਿਉਂ ਕਰਤਾ, ਤੈਨੂੰ ਐਸੀ ਗੱਲ ਮੇਰੀ ਕਿਹੜੀ ਵਧੀਆ ਲੱਗੀ ਕਿ ਤੂੰ ਸੁਸਾਈਡ ਕੈਂਸਲ ਕਰਤਾ। ਉਹ ਕਹਿੰਦਾ ਤੇਰੀ ਗੱਲ ਮੈਨੂੰ ਕੋਈ ਵਧੀਆ ਨਹੀਂ ਲੱਗੀ, ਪਰ ਤੂੰ ਰਾਤੀ ਮੇਰੇ ਦੁੱਖ ਸੁਣ ਲਏ ਸਾਰੇ, ਇਸ ਕਰਕੇ ਮੈਂ ਸੁਸਾਈਡ ਕੈਂਸਲ ਕਰਤਾ। ਇਹ ਬਾਈ ਹੋਣੀ ਅੱਜ ਖੜੇ ਨੇ, ਕਿਸੇ ਦੇ ਦੁੱਖ ਸੁਣਨਾ ਹੀ ਬਹੁਤ ਵੱਡਾ ਕਹਿ ਲਓ ਕਿ ਕਰਮ ਹੈ, ਬਹੁਤ ਵੱਡੀ ਹੈਲਪ ਹੈ। ਐਨ ਜੀ ਓਜ਼ ਪੰਜਾਬ ਦੇ ਵਿੱਚ ਬਹੁਤ ਹੋ ਚੁੱਕੀਆਂ, ਪਿੱਛੇ ਮੁੱਦਾ ਵੀ ਚੱਲਿਆ ਐਨ ਜੀ ਓਜ਼ ਦੇ ਉੱਤੇ ਹਿਸਾਬ ਨੂੰ ਲੈ ਕੇ, ਜਿਹੜਾ ਬਹੁਤ ਹੀ ਜਾਇਜ਼ ਮੁੱਦਾ ਸੀ, ਪਰ ਦੁੱਖ ਇਸ ਗੱਲ ਦਾ ਹੈ ਕਿ ਇੰਨੀਆਂ ਐਨ ਜੀ ਓਜ਼ ਪੰਜਾਬ ਦੇ ਵਿੱਚ ਹੋਣ ਦੇ ਬਾਵਜੂਦ, ਇੱਕ ਪਾਸੇ ਆਪਾਂ ਗੱਲ ਕਰੀਏ ਸਰਕਾਰਾਂ ਦੀ, ਦੇਖੋ ਸਿਸਟਮ ਤਾਂ ਸਾਡਾ ਫੇਲ ਹੋ ਹੀ ਚੁੱਕਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਇਹਦੇ ਵਿੱਚ ਮੇਰੇ ਬੋਲਣ ਨਾਲ ਮੇਰੇ ਸਰਕਾਰਾਂ ਨੂੰ ਦੋ ਗਾਲਾਂ ਕੱਢਣ ਨਾਲ ਸਿਸਟਮ ਠੀਕ ਨਹੀਂ ਹੋ ਜਾਣਾ, ਕਿਉਂਕਿ ਸਿਸਟਮ ਸਾਡਾ ਪਿਛਲੇ 70-75 ਸਾਲਾਂ ਤੋਂ ਹੀ ਖਰਾਬ ਚੱਲ ਰਿਹਾ। ਤਾਂ ਜਿਹੜਾ ਜੰਗ ਘਰ ਦੇ ਵਿੱਚ 2 ਸਾਲਾਂ ਤੋਂ ਲੱਗਿਆ ਉਹ ਕੋਈ 2 ਮਹੀਨਿਆਂ 'ਚ ਅਤੇ 2 ਦਿਨਾਂ ਦੇ ਵਿੱਚ ਤਾਂ ਸਾਫ਼ ਹੋਣਾ ਨਹੀਂ, ਉਹਨੂੰ ਟਾਈਮ ਤਾਂ ਲੱਗੂਗਾ। ਟਾਈਮ ਤਾਂ ਹੀ ਲੱਗੂਗਾ ਜੇ ਸਾਰੇ ਉਸ ਜੰਗ ਨੂੰ ਸਾਫ਼ ਕਰਨ ਦੇ ਵਿੱਚ ਲੱਗਣਗੇ। ਐਨ ਜੀ ਓਜ਼ 'ਤੇ ਮੁੱਦਾ ਚੱਲਿਆ, ਦੁੱਖ ਮੈਨੂੰ ਹੁਣ ਇਸ ਗੱਲ ਦਾ ਲੱਗਿਆ ਹੋਇਆ ਕਿ ਪੰਜਾਬ ਦੇ ਵਿੱਚ ਇੰਨੀਆਂ ਐਨ ਜੀ ਓਜ਼ ਚੰਗੇ ਕੰਮ ਕਰ ਰਹੀਆਂ, ਲੁਧਿਆਣੇ ਦੇ ਵਿੱਚ ਇੰਨੀਆਂ ਸੰਸਥਾਵਾਂ ਹੈ, ਪਰ ਲੋਕਾਂ ਨੂੰ ਮਿਲਣ ਵਾਸਤੇ ਸਮਾਂ, ਟਾਈਮ, ਜਗ੍ਹਾ ਕਿਹੜੀ ਸੰਸਥਾ ਦਿੰਦੀ ਹੈ? ਇੰਨੀਆਂ ਐਨ ਜੀ ਓਜ਼ ਰਜਿਸਟਰਡ
ਜੇ ਕੋਈ ਬੰਦਾ ਪੈਸੇ ਲੈ ਕੇ ਵੀ ਅੱਗੇ ਕੰਮ ਕਰ ਰਿਹਾ ਮੈਂ ਉਹਨੂੰ ਵੀ ਐਪਰੀਸ਼ੀਏਟ ਕਰਦਾ। ਮੈਂ ਜ਼ਰੂਰੀ ਨਹੀਂ ਇਹ ਨਹੀਂ ਕਹਿੰਦਾ ਕਿ ਹਰ ਐਨ ਜੀ ਓ ਪੈਸੇ ਲੈਣ ਵਾਲੀ ਗਲਤੀ ਹੈ, ਪਰ ਮੁੱਦਾ ਇਹ ਹੈ ਕਿ ਜੇ ਆਪਾਂ ਅੱਜ ਮੈਂ ਕਹਿੰਦਾ ਕਿ ਮੈਂ ਲੋਕ ਭਲਾਈ ਦੇ ਲਈ ਕੰਮ ਕਰਦਾ ਅਤੇ ਮੇਰਾ ਫਰਜ਼ ਬਣਦਾ ਕਿ ਮੈਂ ਲੋਕਾਂ ਨੂੰ ਸਮਾਂ ਵੀ ਦੇਵਾਂ, ਮੈਨੂੰ ਲੋਕ ਕਿੱਥੇ ਮਿਲਣ ਆ ਕੇ। ਅੱਜ ਮੈਨੂੰ ਰੋਜ਼ ਦਿਹਾੜੀ 1500 ਫੋਨ ਕਾਲ ਆਉਂਦਾ ਕਿ ਭਾਈ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤੁਹਾਡਾ ਅਸੀਂ ਆਪਣਾ ਮਰੀਜ਼ ਦਿਖਾਉਣਾ। ਘੱਟੋ ਘੱਟ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਮੈਂ ਮਿਲਣ ਦਾ ਸਮਾਂ ਤਾਂ ਦਿੰਦਾ, ਮੈਂ ਉਹਨਾਂ ਨੂੰ ਮਿਲਣ ਦਾ ਟਾਈਮ ਤਾਂ ਦਿੰਦਾ, ਪਰ ਉਹ ਸੰਸਥਾਵਾਂ ਪੰਜਾਬ ਦੀਆਂ ਕਿੱਥੇ ਨੇ ਜਿਹੜੇ ਵੀਰ ਪੰਜਾਬ 'ਚ ਫੇਸਬੁੱਕ 'ਤੇ ਪੇਜ ਤਾਂ ਬਣਾਈ ਬੈਠੇ ਨੇ ਐਨ ਜੀ ਓ ਦਾ, ਉਹਨਾਂ ਦਾ ਨਾਮ ਵੀ ਐਨ ਜੀ ਓਜ਼ ਦਾ, ਪਰ ਉਹ ਲੋਕਾਂ ਨੂੰ ਮਿਲਣ ਵਾਸਤੇ ਸਮਾਂ ਕਿਉਂ ਨਹੀਂ ਦੇ ਰਹੇ। ਮੈਂ ਪਿਛਲੇ ਇੱਕ ਹਫ਼ਤੇ ਤੋਂ ਟੋਪਿਕ ਚੱਕਿਆ ਹੋਇਆ, ਮੈਨੂੰ ਹੁਣੇ ਹਜੇ ਤੱਕ ਮੈਨੂੰ ਉਹਦਾ ਜਵਾਬ ਨਹੀਂ ਮਿਲਿਆ। ਜਦੋਂ ਪਿੱਛੇ ਵੀਰੇ ਐਨ ਜੀ ਓਜ਼ 'ਤੇ ਮੁੱਦਾ ਚੱਲਿਆ, ਤਕਰੀਬਨ ਕਿਸੇ ਵੀ ਬੰਦੇ ਨੇ ਕੋਈ ਕਸਰ ਨਹੀਂ ਛੱਡੀ ਜਿਸ ਬੰਦੇ ਨੇ ਐਨ ਜੀ ਓਜ਼ ਨੂੰ ਟਾਰਗੇਟ ਨਾ ਕੀਤਾ ਹੋਵੇ। ਹਜ਼ਾਰ ਬੰਦਿਆਂ ਨੇ ਹਰ ਐਨ ਜੀ ਓ ਦੇ ਖਿਲਾਫ਼ ਵੀਡੀਓ ਪਾਈ, ਵੀਡੀਓ ਗਲਤ ਪਾਈ ਸਹੀ ਪਾਈ ਉਹ ਮਾਇਨੇ ਨਹੀਂ ਰੱਖਦੀ, ਪਰ ਇਹ ਹੈ ਕਿ ਹਰ ਬੰਦੇ ਨੇ ਐਨ ਜੀ ਓਜ਼ 'ਤੇ ਸਵਾਲ ਚੁੱਕੇ। ਹੁਣ ਅੱਜ ਮੈਂ ਇਕੱਲਾ ਉਹਨਾਂ ਸਾਰਿਆਂ ਨੂੰ ਜਵਾਬ ਪੁੱਛਣਾ ਚਾਹੁੰਦਾ। ਮੈਂ ਇੱਕ ਸਵਾਲ ਕਰਦਾ ਕਿ ਜੇ ਮੈਂ ਅੱਜ ਇਸ ਬੰਦੇ ਨੂੰ ਗਲਤ ਕਹਿ ਰਿਹਾ, ਕੀ ਮੈਂ ਉਸ ਬੰਦੇ ਦੀ ਜਗ੍ਹਾ 'ਤੇ ਜਾ ਕੇ ਚੰਗਾ ਕੰਮ ਕਰਕੇ ਦਿਖਾ ਸਕਦਾ ਜਿਹੜੀ ਗੱਲ 'ਤੇ ਮੈਨੂੰ ਗਲਤ ਕਹਿ ਰਿਹਾ? ਇਹ ਬੰਦਾ ਆਈਟੀ ਕੰਪਨੀ ਚਲਾਉਂਦਾ, ਇਹ ਬੰਦੇ ਨੇ ਇੱਕ ਐਪ ਡਿਵੈਲਪ ਕੀਤੀ, ਇਹ ਬਾਈ ਨੇ ਮੈਨੂੰ ਕਿਹਾ ਵੀਰੇ ਮੈਂ ਐਪ ਬਣਾਈ ਹੈ ਅਤੇ ਮੈਂ ਇਹਦੇ 'ਚ 100 ਕਮੀਆਂ ਕੱਢਤੀਆਂ, ਉਹ ਵੀਰੇ ਨੇ ਫਿਰ ਸਹੀ ਕਰ ਲਈਆਂ। ਫਿਰ ਬਾਈ ਮੇਰੇ ਕੋਲ ਆਇਆ, ਮੈਂ ਕਿਹਾ ਯਾਰ ਵੀਰੇ ਇਹ ਤਾਂ ਫਿਰ ਗਲਤ ਹੈ। ਉਹ ਬਾਈ ਨੇ ਫਿਰ 100 ਕਮੀਆਂ ਦੂਰ ਕਰ ਲਈਆਂ। ਮੈਂ ਅਗਲੀ ਵਾਰੀ ਬਾਈ ਨੂੰ ਹੀ ਪੁੱਛ ਲੈਂਦਾ ਕਿ ਵੀਰੇ ਮੈਂ ਫਿਰ ਤੁਹਾਨੂੰ ਕਹੂੰਗਾ ਨਹੀਂ ਇਹ ਗਲਤ ਆ, ਫਿਰ ਤੁਸੀਂ ਕੀ ਜਵਾਬ ਦਿਓਗੇ? ਮੈਂ ਵੀ ਆਈ ਟੀ ਦਾ, ਤੁਸੀਂ ਵੀ ਆਈ ਟੀ ਦਾ, ਤੁਸੀਂ ਇਹੀ ਕਹੋਗੇ ਕਿ ਵੀਰੇ ਚੱਲ ਇੱਦਾਂ ਕਰ ਹੁਣ ਤੂੰ ਹੀ ਬਣਾ ਕੇ ਦਿਖਾ ਦੇ ਕਿ ਕਿੱਦਾਂ ਦੀ ਚੰਨ ਹੈ। ਜਦ ਮੈਂ ਪੰਜਾਬ ਦੇ ਵਿੱਚ ਇੰਨੇ ਲੋਕਾਂ ਨੂੰ, ਕੋਈ ਕਹਿੰਦਾ ਜੀ ਮੈਂ ਲੁਧਿਆਣੇ ਵਾਲਾ, ਕੋਈ ਮੈਂ ਬਠਿੰਡੇ ਵਾਲਾ, ਕੋਈ ਮੈਂ ਦਰਾਹੇ ਵਾਲਾ, ਕੋਈ ਮੈਂ ਹੁਸ਼ਿਆਰਪੁਰ ਵਾਲਾ ਬੰਦਾ, ਮੇਰੀ ਤਾਂ ਲੋਕਾਂ ਨੂੰ ਇਹ ਹੈਰਾਨਗੀ ਹੈ ਕਿ ਤੁਸੀਂ ਕਿਸੇ ਬੰਦੇ ਨੂੰ ਕਿਸੇ ਦੀ ਨਿੰਦਿਆ ਕਰਨ ਦੇ ਹੋਏ ਸੁਣ ਕਿੱਦਾਂ ਲੈਂਦੇ ਹੋ ਜੇ ਉਹਦੀ ਸੋਸਾਇਟੀ ਨੂੰ ਕੋਈ ਦੇਣੀ ਹੈ ਨਹੀਂ। ਇੱਕ ਬੰਦਾ ਇੱਕ ਐਨ ਜੀ ਓ ਦੇ ਉੱਤੇ ਉਂਗਲ ਚੱਕ ਰਿਹਾ, ਜੇ ਉਹ ਆਪਣੇ ਅੰਦਰ ਝਾਤੀ ਮਾਰੇ ਕਿ ਪਤੰਦਰ 'ਚ ਜਿਹਦੇ ਵੱਲ ਉਂਗਲ ਕੀਤੀ ਹੋਈ ਹੈ ਉਹਦੀ ਕੁਰਸੀ 'ਤੇ ਜਾ ਕੇ ਤੂੰ ਬਹਿ ਸਕਦਾ ਜੇ ਉਹਨੂੰ ਚੋਰ ਘੋਸ਼ਿਤ ਕਰ ਦਿੱਤਾ ਜਾਵੇ? ਮੈਂ ਬਾਕੀ ਐਨ ਜੀ ਓਜ਼ ਦੀ ਗੱਲ ਨਹੀਂ ਕਰ ਰਿਹਾ, ਮੈਂ ਆਪਣੀ ਵੀ ਡੋ ਨੋਟ ਅਸੈਪਟ ਮਨੀ ਔਰ ਥਿੰਗਸ ਦੀ ਗੱਲ ਕਰ ਰਿਹਾ। ਮੈਂ ਐਨ ਆਰ ਆਈ ਵੀਰਾਂ ਦੀ ਗੱਲ ਨਹੀਂ ਕਰ ਰਿਹਾ ਜਿਨ੍ਹਾਂ ਨੇ ਕਦੀ ਪੰਜਾਬ 'ਚ ਆ ਕੇ ਮੇਰੀ ਸੰਸਥਾ ਦਾ ਕੰਮ ਨਹੀਂ ਦੇਖਿਆ, ਮੈਂ ਗੱਲ ਕਰ ਰਿਹਾ ਆਪਣੇ ਪੰਜਾਬੀ ਭਰਾਵਾਂ ਦੀ। ਜਦੋਂ ਪਿੱਛੇ ਐਨ ਜੀ ਓਜ਼ ਦਾ ਮੁੱਦਾ ਚੱਕਿਆ, ਬੜੇ ਲੋਕਾਂ ਨੇ ਮੇਰੀ ਸੰਸਥਾ ਦੇ ਖਿਲਾਫ਼, ਮੇਰੀ ਐਨ ਜੀ ਓ ਦੇ ਖਿਲਾਫ਼ ਜਾਂ ਸਾਡੇ ਸਾਰਿਆਂ ਦੀ ਐਨ ਜੀ ਓ ਦੇ ਖਿਲਾਫ਼ ਵੀਡੀਓਜ਼ ਪਾਈਆਂ, ਮੈਨੂੰ ਦੁੱਖ ਇਸ ਗੱਲ ਦਾ ਲੱਗਿਆ ਕਿ ਅੱਜ ਹਰ ਬੰਦਾ ਖੜਾ ਹੋ ਕੇ ਸਾਡੀ ਐਨ ਜੀ ਓ 'ਤੇ ਸਵਾਲ ਚੱਕ ਰਿਹਾ, ਉਹ ਆਊਗਾ ਕਦੋਂ ਇੱਥੇ ਦੇਖਣ? ਆਹ ਬੰਦੇ ਮੇਰੇ ਕੋਲ ਪਿਛਲੇ 2 ਘੰਟਿਆਂ ਤੋਂ ਖੜ੍ਹੇ ਆ, ਮਰੀਜ਼ਾਂ ਨਾਲ ਗੱਲਬਾਤ ਕਰਦੇ ਵੀ ਦੇਖ ਰਹੇ ਆ, ਪੈਸੇ ਵੀ ਆਪਣੇ ਹੱਥੀਂ ਦੇ ਰਹੇ ਆ। ਅੱਜ ਜੇ ਇਹ ਵੀਰਾਂ ਦੇ ਦਿਲ 'ਚ ਕੋਈ ਸਵਾਲ ਜਵਾਬ ਹੈ, ਮੈਂ ਇੱਥੇ ਹੀ ਬੈਠਾ, ਮੈਂ ਕਹਿੰਦਾ ਇਹਨਾਂ ਦੀ 100-100 ਜੁੱਤੀਆਂ ਤਾਂ ਮੈਂ ਇਕੱਲਾ ਹੱਕਦਾਰ ਹਾਂ ਜੇ ਕੋਈ ਗੱਲ ਦਾ ਜਵਾਬ ਨਹੀਂ ਦੇ ਪਾਇਆ। ਪਰ ਜਿਹੜਾ ਵੀਰ ਬੈਠਾ 7 ਸਮੁੰਦਰਾਂ ਪਾਰ, ਜਿਹਨੂੰ ਸਾਡੇ ਕੰਮ ਬਾਰੇ ਪਤਾ ਹੀ ਨਹੀਂ, ਜਿਹਨੇ ਸਿਰਫ ਸੁਣੀ ਸੁਣਾਈ ਗੱਲਾਂ ਸੁਣ ਕੇ ਹੀ ਸਾਡੇ 'ਤੇ ਇਲਜ਼ਾਮ ਲਾਤੇ ਜਾਂ ਸਾਡੇ 'ਤੇ ਉਂਗਲਾਂ ਚੱਕ ਲਈਆਂ, ਉਹ ਜਾਇਜ਼ ਨੇ ਕਿਉਂਕਿ ਉਹਨਾਂ ਨੂੰ ਸਾਡੇ ਬਾਰੇ ਨਹੀਂ ਪਤਾ। ਪਰ ਪੰਜਾਬ 'ਚ ਰਹਿੰਦੇ ਵਿਦਵਾਨ ਜਿਨ੍ਹਾਂ ਨੇ ਪੰਜਾਬ 'ਚ ਰਹਿ ਕੇ ਸਾਡੇ ਖਿਲਾਫ਼ ਵੀਡੀਓਜ਼ ਪਾਈਆਂ, ਕਿੰਨਾ ਕੁ ਵੱਡਾ ਪੰਜਾਬ! ਲੁਧਿਆਣਾ ਪੰਜਾਬ ਦਾ ਦਿਲ ਗਿਣਿਆ ਜਾਂਦਾ, 2-2, 3-3, 4-4 ਘੰਟਿਆਂ ਦਾ ਰਸਤਾ ਪੰਜਾਬ ਦੇ ਕਿਸੇ ਕੋਨੇ ਤੋਂ ਵੀ ਆ ਜਾਓ, ਤੁਸੀਂ ਤਾਂ ਆ ਸਕਦੇ ਹੋ। ਇੱਕ ਬੰਦਾ ਉੱਠਦਾ ਸਵੇਰੇ ਮੁੱਛਾਂ ਨੂੰ ਅੱਟ ਦਿੰਦਾ, ਹਾਂਜੀ ਜੀ ਮੈਂ ਲੁਧਿਆਣੇ ਵਾਲਾ, ਮੈਂ ਜੀ ਬਠਿੰਡੇ ਵਾਲਾ, ਮੈਂ ਜੀ ਮਾਨਸੇ ਵਾਲਾ, ਅਨਮੋਲ ਐਨ ਜੀ ਓ ਜੀ ਇੱਦਾਂ। ਮੈਂ ਕਹਿੰਦਾ ਵੀਰੇ ਤੁਸੀਂ 100 ਵਾਰੀ ਸਹੀ ਹੋ, ਪਰ ਕੀ ਤੁਹਾਡੇ ਅੰਦਰ ਇੰਨੀ ਸਹਿਣ ਸ਼ਕਤੀ ਹੈਗੀ ਕਿ ਤੁਸੀਂ ਰੋਜ਼ ਇੱਕ ਲੋਕੇਸ਼ਨ 'ਤੇ 6-5 ਵਜੇ ਆ ਕੇ ਬਹਿ ਕੇ ਆਪਣੇ ਸ਼ਹਿਰ 'ਚ ਅਨਾਊਂਸ ਕਰੋ ਕਿ ਵੀਰੇ ਜੇ ਕੋਈ ਲੋੜਵੰਦ ਮਰੀਜ਼ ਹੈਗਾ ਸਾਨੂੰ ਆ ਕੇ ਮਿਲੋ? ਨਹੀਂ, ਤੁਸੀਂ ਉਹ ਨਹੀਂ ਕਰ ਸਕਦੇ। ਪਰ ਜਿਹੜਾ ਉਹ ਕਰ ਰਿਹਾ ਤੁਸੀਂ ਉਹਦੇ 'ਤੇ ਉਂਗਲੀ ਕਰ ਰਹੇ ਹੋ, ਉਹ ਵੀ ਉਹਨੂੰ ਬਿਨਾਂ ਮਿਲੇ। ਇਹ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ? ਪੰਜਾਬ ਦਾ ਭਲਾ ਤੁਸੀਂ ਵੀ ਚਾਹੁੰਦੇ ਹੋ, ਪੰਜਾਬ ਦਾ ਭਲਾ ਅਸੀਂ ਵੀ ਚਾਹੁੰਦੇ। ਕਮੀਆਂ ਤੁਹਾਡੇ 'ਚ ਵੀ ਬਹੁਤ ਆ, ਕਮੀਆਂ ਸਾਡੇ 'ਚ ਵੀ ਬਹੁਤ ਆ, ਅਸੀਂ ਮੰਨਦੇ ਹਾਂ, ਅਸੀਂ ਆਪਣੀਆਂ ਕਮੀਆਂ ਸੁਧਾਰਾਂਗੇ ਵੀ। ਪਰ ਕਿਸੇ ਨੂੰ ਡੀਮੋਰਲਾਈਜ਼ ਕਰਨਾ, ਕਿਸੇ 'ਤੇ ਇਲਜ਼ਾਮ ਲਾਉਣੇ, ਝੂਠੇ ਇਲਜ਼ਾਮ ਲਾਉਣੇ, ਤੁਸੀਂ ਹੱਕ ਮਾਰ ਰਹੇ ਹੋ ਉਹਨਾਂ ਲੋਕਾਂ ਦਾ ਜਿਹੜੇ ਇੱਥੇ ਇਲਾਜ ਦੀ ਹੈਲਪ ਲੈ ਕੇ ਜਾਂਦੇ ਨੇ। ਇੱਕ ਮਾਤਾ ਨੇ ਸਾਡੇ ਕੋਲ ਹੈਲਪ ਆਈ, ਰੋਂਦੀ ਰੋਂਦੀ ਆਈ, ਮੇਰਾ ਜਵਾਨ ਮੁੰਡਾ ਮਰ ਗਿਆ ਕੱਲ੍ਹ। ਉਹਦਾ ਜਵਾਨ ਮੁੰਡਾ 18-19 ਸਾਲ ਦਾ ਕੱਲ੍ਹ ਮਰ ਗਿਆ, ਉਹਦੇ ਕੋਲ ਭੋਗ ਵਾਸਤੇ ਪੈਸੇ ਹੈ ਨਹੀਂ, ਉਹਨੂੰ ਮੈਂ ਕਿੱਥੇ ਭੇਜਾਂ? ਲੋਕ ਕਹਿੰਦੇ ਨੇ ਤੁਸੀਂ ਲੋਕਾਂ ਨੂੰ ਹੱਡ ਰਾਮੀ ਪਾ ਰਹੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਅੱਜ ਤੋਂ 500 ਸਾਲ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ, ਜਿਹਨਾਂ ਤੋਂ ਅਸੀਂ ਸਿੱਖੇ, ਭਗਤ ਪੂਰਨ ਸਿੰਘ ਜੀ ਨੇ, ਜਿਹਨਾਂ ਤੋਂ ਅਸੀਂ ਸਿੱਖੇ ਹਾਂ, ਉਹਨਾਂ ਨੇ ਅੱਜ ਤੋਂ 550-550 ਸਾਲ ਪਹਿਲਾਂ ਕਹਿ ਲਓ ਕਿ ਮਰੀਜ਼ਾਂ ਦੀ ਮਲਮ ਪੱਟੀਆਂ ਕੀਤੀਆਂ ਸੀ, ਅਸੀਂ ਉਹਨਾਂ ਤੋਂ ਸਿੱਖੇ ਹਾਂ। ਜੇ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਕਹਿ ਰਹੇ ਹੋ ਕਿ ਅਸੀਂ ਹੱਡ ਰਾਮੀ ਪਾ ਰਹੇ ਹਾਂ, ਫਿਰ ਉਸ ਟਾਈਮ ਤਾਂ ਜਿਹਨਾਂ ਤੋਂ ਅਸੀਂ ਸਿੱਖੇ ਹਾਂ ਉਹਨਾਂ ਨੇ ਲੋਕਾਂ ਦੀ ਮਦਦ ਕੀਤੀ, ਮਤਲਬ ਫਿਰ ਤੁਸੀਂ ਉਹਨਾਂ ਦੇ ਕੀ ਸਵਾਲ ਚੱਕੋਗੇ? ਜੇ ਤੁਸੀਂ ਅੱਜ ਇਹਨਾਂ ਲੋਕਾਂ ਦੀ ਹੈਲਪ ਹੋਈ ਨੂੰ ਗਲਤ ਕਹਿ ਰਹੇ ਹੋ ਤਾਂ ਤੁਸੀਂ ਸਿੱਧਾ ਦੋਸ਼ ਉਹਨਾਂ ਮਹਾਂਪੁਰਖਾਂ 'ਤੇ ਲਾ ਰਹੇ ਹੋ ਜਿਹਨਾਂ ਤੋਂ ਅਸੀਂ ਸਿੱਖੇ ਹਾਂ, ਜਿਹਨਾਂ ਤੋਂ ਅਸੀਂ ਇਹ ਇਨਸਾਨੀਅਤ ਦੀ ਸੇਵਾ ਭਗਤ ਪੂਰਨ ਸਿੰਘ ਜੀ ਤੋਂ
ਇਹਨਾਂ ਦੀ ਵਾਈਫ ਬਿਮਾਰ ਹੈ ਇਹਨਾਂ ਕੋਲ ਆਪਣੀ ਵਾਈਫ ਦੇ ਇਲਾਜ ਜੋਗੇ ਪੈਸੇ ਨਹੀਂ ਹੈਗੇ ਅੱਜ ਕਿ ਅਸੀਂ ਇਹਨੂੰ ਇਹ ਕਹਿ ਕੇ ਤੋਰ ਦਈਏ ਕਿ ਭਾਈ ਤੇਰੇ ਹਾਲਾਤ ਨੇ ਅਸੀਂ ਤੇਰੇ ਹਾਲਾਤ ਨੇ ਅਸੀਂ ਤੇਰੀ ਮਦਦ ਕਿਉਂ ਕਰੀਏ ਬਈ ਉਹ ਆਂਟੀ ਬੈਠੇ ਨੇ ਉਹਨਾਂ ਦਾ ਬੱਚਾ ਐਡਮਿਟ ਆ ਹਸਪੀਟਲ ਦੇ ਵਿੱਚ ਜੂਸ ਦੀ ਰੇੜੀ ਉਹਨਾਂ ਦਾ ਘਰ ਵਾਲਾ ਲਾਉਂਦਾ ਉਹ ਕੀ ਕਰੇ ਕਿੱਥੇ ਜਾਵੇ ਉਹ ਪਿੱਛੇ ਮਾਤਾ ਜੀ ਬੈਠੇ ਨੇ ਇਹਨਾਂ ਦੇ ਹਸਬੈਂਡ ਦੀ ਲੱਤ ਖਰਾਬ ਹੋਈ ਨੂੰ ਕਿੰਨੇ ਦਿਨ ਹੋ ਚੁੱਕੇ ਆ ਜੀ ਅੱਠ ਦਿਨ ਹੋ ਗਏ ਇਹਨਾਂ ਦੀ ਲੱਤ ਖਰਾਬ ਆਈ ਨੂੰ ਹਸਬੈਂਡ ਦੀ ਘਰ ਦੇ ਹਾਲਾਤ ਮੈਂ ਵੀਡੀਓ 'ਚ ਦਿਖਾਏ ਵੀਰ ਉਹਨਾਂ ਨੂੰ 30,000 ਰੁਪਏ ਓਪਰੇਸ਼ਨ ਦਾ ਡਾਕਟਰ ਨੇ ਮੰਗਿਆ ਉਹ ਵੀਰਾਂ ਨੇ ਅੱਜ ਪੂਰੇ ਓਪਰੇਸ਼ਨ ਦੀ ਰਾਸ਼ੀ ਇਹਨਾਂ ਨੂੰ ਹੱਥ ਦੇ ਵਿੱਚ ਦੇ ਦਿੱਤੀ ਕਿ ਕੋਈ ਗਲਤੀ ਕਰ ਲਈ ਜੇ ਉਹ ਸਵੇਰੇ ਸ਼ਾਮ ਰੋਜ਼ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹੀ ਸੀ ਕਿ ਮੇਰੇ ਘਰ ਵਾਲੇ ਨੂੰ ਠੀਕ ਕਰਾ ਦਿਓ ਠੀਕ ਕਰਾ ਦਿਓ ਅਤੇ ਗੁਰੂ ਸਾਹਿਬ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੀ ਕਿਸੇ ਬੰਦੇ ਨੂੰ ਭੇਜ ਦਿੱਤਾ ਅੱਜ ਉਹ ਕੋਈ ਗਲਤੀ ਕਰ ਲਈ ਅੱਗੇ ਆ ਜਾਓ ਆਹ ਬਾਈ ਹੈ ਉਹ ਲੱਤ ਦਾ ਹਾਲਾਤ ਦੇਖੋ ਉਹਦੀ ਕੀ ਹੋਇਆ ਲੱਤ ਕਾਲੀ ਹੋਈ ਪਈ ਹੈ ਹੋਸਪਿਟਲ ਜਾ ਕੇ ਆਇਆ ਉਹਨਾਂ ਨੇ ਕਹਿ ਤਾ ਸਾਡੇ ਕੋਲ ਇਲਾਜ ਹੈ ਨਹੀਂ ਪ੍ਰਾਈਵੇਟ ਜਾਓ ਇਸ ਬੰਦੇ ਦੇ ਇਲਾਜ ਲਈ ਜੇ 15-20,000 ਰੁਪਏ ਕੋਈ ਆ ਕੇ ਹੈਲਪ ਕਰ ਜਾਂਦਾ ਇਹ ਵੀ ਪਾਪ ਹੈ ਅੱਗੇ ਉਹ ਮਾਤਾ ਜੀ ਬੈਠੇ ਨੇ ਉਹਨਾਂ ਦਾ ਹਸਬੈਂਡ ਜਾਣਾ ਪੀਜੇ ਉਹ ਪੁੱਛੇ ਜਵਾਨ ਮੁੰਡਾ ਬੈਠਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਅਸੀਂ ਬੁਰੇ ਵਕਤ ਦੇ ਵਿੱਚ ਹੁੰਦੇ ਹਾਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਅਤੇ ਸਾਡਾ ਕੋਈ ਨਾ ਕੋਈ ਫਰਿਸ਼ਤਾ ਆ ਕੇ ਹੈਲਪ ਕਰ ਦਿੰਦਾ ਫਿਰ ਤਾਂ ਸਾਡੀ ਹੈਲਪ ਵੀ ਨਹੀਂ ਹੋਣੀ ਚਾਹੀਦੀ ਜੇ ਤੁਹਾਡੇ ਹਿਸਾਬ ਨਾਲ ਅਸੀਂ ਸੋਚੀਏ ਮੈਂ ਇੱਕ ਪੋਸਟ ਪੜ੍ਹਦਾ ਪਿਆ ਸੀਗਾ ਸੋਸ਼ਲ ਮੀਡੀਆ 'ਤੇ ਕਿ ਜਿਹੜੇ ਕੌਮ ਦੇ 90% ਲੋਕ ਦਾਨ ਕਰਦੇ ਨੇ ਉਹਨਾਂ ਦੀ ਕੌਮ ਦੇ ਵਿੱਚੋਂ ਹੀ ਜਿਹੜੇ ਲੋਕ ਖੁਸ਼ਕਿਸ਼ਾਂ ਕਰ ਰਹੇ ਨੇ ਅਤੇ ਉਹੀ ਜ਼ਿਆਦਾ ਸਭ ਤੋਂ ਜ਼ਿਆਦਾ ਸਫ਼ਰ ਕਰ ਰਹੇ ਨੇ ਮੈਂ ਇਸ ਗੱਲ ਨਾਲ 100% ਐਗਰੀ ਹਾਂ ਪਰ ਗੱਲ ਇਹ ਆ ਕਿ ਇਕੱਲੇ ਮੁੱਦੇ ਚੱਕਣ ਨਾਲ ਪੰਜਾਬ ਦੇ ਵਿੱਚ ਪੰਜਾਬ ਦਾ ਭਲਾ ਨਹੀਂ ਹੋ ਜਾਣਾ ਉਹਦੇ ਉੱਤੇ ਕੰਮ ਵੀ ਕਰਨਾ ਪੈਣਾ ਮੈਂ ਅੱਜ ਉਹ ਸਾਰੇ ਪੰਜਾਬ ਦੇ ਵਿਦਵਾਨਾਂ ਨੂੰ ਬੇਨਤੀ ਕਰਦਾ ਕਿ ਫੇਸਬੁੱਕ 'ਤੇ ਜੰਗਾਂ ਨਹੀਂ ਜਿੱਤੀਆਂ ਜਾਣੀਆਂ ਹਕੀਕਤ ਪੱਧਰ 'ਤੇ ਆਪਣੇ ਸ਼ਹਿਰ ਆਪਣੀ ਗਲੀ ਬੋਰਡ ਲਾਓ ਸੋਸ਼ਲ ਮੀਡੀਆ 'ਤੇ ਅਨਾਊਂਸਮੈਂਟਾਂ ਕਰੋ ਕਿ ਜੇ ਕਿਸੇ ਨੂੰ ਦੁੱਖ ਤਕਲੀਫ ਹੈਗੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਮਿਲਣ ਤੁਹਾਨੂੰ ਕੰਟੈਕਟ ਕਰਨ ਅਤੇ ਤੁਸੀਂ ਉਹਨਾਂ ਦੇ ਦੁੱਖ ਸੁਣੋ ਅਤੇ ਹੱਲ ਕਰੋ ਹੱਲ ਨਾ ਵੀ ਕਰੋ ਘੱਟੋ ਘੱਟ ਰੋਜ਼ ਦੀ ਪੰਚਾਇਤ ਕੁਰਸੀ ਲਾ ਕੇ ਉਹਨਾਂ ਦੇ ਦੁੱਖ ਤਾਂ ਸੁਣੋ ਪਰ ਜਿਹੜੀ NGO ਪਿਛਲੇ 4 ਸਾਲਾਂ ਤੋਂ ਇਹ ਕੰਮ ਕਰ ਰਹੀ ਹੈ ਤੁਹਾਨੂੰ ਉਹਦੇ ਤੋਂ ਤਕਲੀਫ ਹੈ ਤਕਲੀਫ ਕੀ ਹੈ ਕੋਈ ਜਾਇਜ਼ ਤਕਲੀਫ ਹੈ ਸਿਰਫ ਸਾਰੀਆਂ ਤਕਲੀਫਾਂ ਜਿਹੜੀਆਂ ਇੱਕ ਕਹਿ ਲਓ ਕਿ ਕਮੀਆਂ ਦਾ ਪੁਤਲਾ ਹੁੰਦਾ ਇਨਸਾਨ ਸਾਡੇ 'ਚ ਤਾਂ ਬਹੁਤ ਕਮੀਆਂ ਨੇ ਅਸੀਂ ਸੁਧਾਰਾਂਗੇ ਵੀ ਬਾਈ ਹੁਣੀ ਆਏ ਨੇ ਬਾਕੀ ਮੈਂ ਬਹੁਤ ਖੁਸ਼ੀ ਹੋਈ ਆ ਵੀਰਾਂ ਨਾਲ ਮਿਲ ਕੇ ਮੈਂ ਬਹੁਤ ਦੇਰ ਤੋਂ ਖੜ੍ਹਾ ਅਤੇ ਬਾਈ ਹੁਣੀ ਵੀ ਉਡੀਕ ਕਰ ਰਹੇ ਨੇ ਕਿ ਸਾਡੀ ਸੇਵਾ ਲਵਾਉਣ ਬਾਈ ਦੇ ਵਿਚਾਰ ਸੁਣੇ ਮੈਂ ਬਾਈ ਦੀ ਜ਼ਿੰਦਗੀ ਦਾ ਸੰਘਰਸ਼ ਸੁਣਿਆ ਬਹੁਤ ਖੁਸ਼ੀ ਹੋਈ ਔਰ ਦਿਲੋਂ ਅੱਜ ਵਾਹਿਗੁਰੂ ਅੱਗੇ ਗੁਰਸਾਹਿਬ ਸਾਡੇ ਸਾਹਮਣੇ ਹੀ ਨੇ ਵੈਸੇ ਤੰਗ ਸੰਘ ਨੇ ਸਾਡੇ 24 ਘੰਟੇ ਸਾਡੇ ਨਾਲ ਨੇ ਦਿਲੋਂ ਰੂਹ ਦੁਆ ਕਰ ਰਹੀ ਹੈ ਵੈਸੇ ਮੇਰੀਆਂ ਦੁਆਵਾਂ ਨਾਲੋਂ ਵੱਡੀਆਂ ਤਾਂ ਦੁਆਵਾਂ ਉਸ ਮਾਂ ਦੀਆਂ ਜਿਨ੍ਹਾਂ ਦੇ ਓਪਰੇਸ਼ਨ ਵਾਸਤੇ ਉਹ ਪੈਸੇ ਦੇ ਕੇ ਚੱਲੇ ਨੇ ਪਰ ਫਿਰ ਵੀ ਮੇਰੀ ਦਿਲੋਂ ਦੁਆ ਕਿ ਪਰਮਾਤਮਾ ਇੱਦਾਂ ਦੇ ਭਰਾਵਾਂ ਨੂੰ ਇੰਨੀ ਕੁ ਤਰੱਕੀ ਦੇਣ ਇੰਨਾ ਕੁ ਪੈਸਾ ਦੇਣ ਕਿ ਉਨੀ ਹੀ ਸੇਵਾ ਕਰਨ ਔਰ ਜਦੋਂ ਤੱਕ ਲੋਕ ਕਹਿੰਦੇ ਨੇ ਕਿ ਤੁਸੀਂ ਸਰਕਾਰਾਂ ਕੋਲ ਆਪਣੇ ਹੱਕ ਨਹੀਂ ਮੰਗਦੇ ਜਿੰਨਾ ਮੈਨੂੰ 24 ਸਾਲ ਹੋ ਗਏ ਦੁਨੀਆ ਦੇ ਵਿੱਚ ਆਏ ਮੈਂ ਤਾਂ 4-5 ਸਾਲਾਂ ਤੋਂ ਹੋਸ਼ ਸੰਭਾਲੇ ਨੇ ਅਤੇ ਮੈਂ ਤਾਂ ਪੂਰਾ ਜ਼ੋਰ ਲਾਇਆ ਹੋਇਆ ਕਿ ਇਹਨਾਂ ਦਾ ਸਰਕਾਰੀ ਹੱਕਾਂ ਦੇ ਨਾਲ ਇਲਾਜ ਕਰਾਇਆ ਜਾਵੇ ਪਰ ਜੇ ਉਹ ਇਲਾਜ ਨਹੀਂ ਕਰਾਉਂਦੇ ਤਾਂ ਇਹਨਾਂ ਨੂੰ ਕਿੱਥੇ ਭੇਜਾਂ ਤੁਹਾਨੂੰ ਤਾਂ 50-50 ਸਾਲ ਹੋ ਗਏ ਦੁਨੀਆ 'ਚ ਆਏ ਤੁਸੀਂ ਕਿੰਨੇ ਹੱਕ ਮੰਗ ਲਏ ਸਰਕਾਰਾਂ ਕੋਲੋਂ ਤੁਸੀਂ ਮੰਗ ਲਓ ਅਸੀਂ ਤੁਹਾਡੇ ਪਿੱਛੇ ਲੱਗ ਜਾਂਦੇ ਇੱਕ ਵੀਰ ਲੱਗੇ ਅੱਗੇ ਹੱਕ ਮੰਗਣ ਨੂੰ ਮੈਂ ਸਿਰ ਨਾ ਕਟਾ ਦਵਾਂ ਆਪਣਾ ਜੇ ਉਹਦੇ ਪਿੱਛੇ ਨਾ ਖੜਾ ਹੋਵਾਂ ਗੱਲਾਂ ਕਰਨ ਨਾਲ ਨਹੀਂ ਹੁੰਦੀਆਂ ਮੇਰੇ ਦਿਲ 'ਚ ਵੀ ਬਹੁਤ ਗੱਲਾਂ ਉਹ ਮੈਂ ਢੱਕੀਆਂ ਹੀ ਰੱਖੀਆਂ ਹੋਈਆਂ ਕਿਉਂ ਮੈਂ ਨਹੀਂ ਚਾਹੁੰਦਾ ਕਿ ਕੋਈ ਨਾ ਕੋਈ ਗੱਲ ਦਾ ਇਸ਼ੂ ਕ੍ਰੀਏਟ ਹੋਵੇ ਔਰ ਲੋਕ ਉਹਨੂੰ ਧਾਰਮਿਕ ਮੁੱਦੇ ਨਾਲ ਜੋੜ ਲੈਣ ਇਸ ਕਰਕੇ ਮੇਰੇ ਕੋਲ ਜਿੰਨਾ ਹੋ ਰਿਹਾ ਮੇਰੀ ਟੀਮ ਕੋਲੋਂ ਜਿੰਨਾ ਹੋ ਰਿਹਾ ਮੈਂ ਕਰ ਰਿਹਾ ਬਾਕੀ ਵਿਦਵਾਨਾਂ ਨੂੰ ਫੇਸਬੁੱਕ ਵਿਦਵਾਨ ਜਿਹੜੇ ਸਿਰਫ ਘਰਾਂ 'ਚ ACਆਂ ਦੇ ਬੈਠ ਕੇ ਬੋਲਣ ਨੂੰ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਕੋਈ ਜ਼ਮੀਨੀ ਪੱਧਰ 'ਤੇ ਕੁਛ NGO ਬਣਾਓ ਵੀ ਕੋਈ ਆਪਣਾ ਫੋਨ ਨੰਬਰ ਵੀ ਜਨਤਕ ਕਰੋ ਕਿ ਦੂਜਿਆਂ ਨੂੰ ਬਸ ਗਾਲਾਂ ਹੀ ਕੱਢਣ ਜੋਗੇ ਹੋ ਕਿ ਲਾਈਵ ਹੋ ਕੇ ਇਹਨੂੰ ਗਾਲ ਕੱਢ ਲਈ ਲਾਈਵ ਹੋ ਕੇ ਉਹਨੂੰ ਮਾੜਾ ਬੋਲਿਆ ਲਾਈਵ ਹੋ ਕੇ ਉਹਨੂੰ ਮਾੜਾ ਬੋਲਿਆ ਮੈਂ ਕਿਹਾ ਮੰਨ ਲਿਆ ਸਾਰੀ ਦੁਨੀਆ ਮਾੜੀ ਹੈ ਤੁਸੀਂ ਦੁੱਧ ਦੇ ਧੋਲੇ ਹੋ ਇਸ ਤੋਂ ਵੱਡਾ ਮੇਰੇ ਕੋਲ ਹੋਰ ਕੋਈ ਸਰੋਪਾ ਪਾਉਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਸਾਫ਼ ਅਤੇ ਦੁੱਧ ਨਾਲ ਧੋਲੇ ਇਨਸਾਨ ਹੋ ਪਰ ਦੁੱਧ ਦੇ ਧੋਲੋ ਇਨਸਾਨ ਹੋ ਕੋਈ ਆਪਣਾ ਫੋਨ ਨੰਬਰ ਕੋਈ ਆਪਣਾ ਐਡਰੈਸ ਤਾਂ ਜਨਤਕ ਕਰੋ ਜਿੱਥੇ ਆ ਕੇ ਲੋਕ ਆਪਣੀ ਜਾਨ ਨੂੰ ਤੁਹਾਡੇ ਲਈ ਰੋਣ ਇਹ ਬੇਨਤੀ ਮੇਰੀ ਖਾਸ ਕਰ ਪੰਜਾਬ ਦੇ ਲੋਕਾਂ ਲਈ ਹੈ ਜਿਹੜੇ ਪੰਜਾਬ ਦੇ ਲੋਕ ਖਿਲਾਫ਼ ਪਾਉਂਦੇ ਨੇ ਵੀਡੀਓਜ਼ NRI ਲਈ ਨਹੀਂ ਮੈਂ ਵੀਡੀਓ ਕਹਿ ਰਿਹਾ ਪੰਜਾਬ ਦੇ ਲੋਕ ਨੇ ਪੰਜਾਬ 'ਚ ਰਹਿੰਦੇ ਹੋ ਮੁੱਛਾਂ ਨੂੰ ਵੱਟ ਦੇ ਕੇ ਸਵੇਰੇ ਉੱਠਦੇ ਹੋ ਕਿ ਆਹ ਫਲਾਣਾ ਬੰਦਾ ਆਹ ਫਲਾਣਾ ਬੰਦਾ ਆਹ ਫਲਾਣਾ ਬੰਦਾ ਤੂੰ ਤਾਂ ਰੱਬ ਬੰਦਾ ਬਾਕੀ ਸਭ ਚੋਰ ਨੇ ਤੂੰ ਆਪਣੀ ਲੋਕੇਸ਼ਨ 'ਤੇ ਜਗ੍ਹਾ ਦੱਸ ਅਤੇ ਲੋਕ ਤੈਨੂੰ ਜਿਹੜੇ ਮਰੀਜ਼ ਨੇ ਉਹ ਆ ਕੇ ਉੱਥੇ ਮਿਲਣ ਅਤੇ ਉਹਨਾਂ ਦਾ ਹੱਲ ਕਰ ਫਿਰ ਮੈਂ ਤੈਨੂੰ ਬੰਦਾ ਮੰਨਾਂ ਉਹਦਾ ਕੀ ਫਾਇਦਾ ਜਿਹੜਾ ਬੰਦਾ ਕੁਛ ਕਰ ਰਿਹਾ ਤੁਸੀਂ ਉਹਨੂੰ ਗਾਲਾਂ ਕੱਢ ਰਹੇ ਹੋ ਅਤੇ ਆਪ ਚਮਕਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਮੈਂ ਕੱਲ੍ਹ ਪਰਸੋਂ ਇੰਟਰਵਿਊ ਸੁਣ ਰਿਹਾ ਸੀ ਦੋ ਬੰਦੇ ਫੇਸਬੁੱਕ 'ਤੇ ਲੜਦੇ ਨੇ ਉਹ ਆਪਸ 'ਚ ਲੜਾਈ ਤਾਂ ਭਾਵੇਂ ਉਹਨਾਂ ਦੇ ਨਾਂ ਵੀ ਹੋਵੇ ਲੋਕ ਵੀਡੀਓਜ਼ ਜਿਹੜੇ ਤੀਜੇ ਨੇ ਨਾ ਤੀਜੇ ਤਮਾਸ਼ਬੀਨ ਉਹ ਪਵਾ ਦਿੰਦੇ ਨੇ ਲੜਾਈ ਅਤੇ ਬਾਕੀ ਬਾਈ ਨੂੰ ਮੈਂ ਜ਼ਰੂਰ ਕਹੂੰਗਾ 2-2 ਮਿੰਟ ਲੈਣ ਅਤੇ ਆਪਣੇ ਵੀ ਜ਼ਰੂਰ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਜੀ ਬਹੁਤ ਹੀ ਖੁਸ਼ੀ ਹੋਈ ਇੱਥੇ ਆ ਕੇ ਅਤੇ ਅਨਮੋਲ ਵੀਰ ਜੀ ਨੇ ਬਹੁਤ ਹੀ ਵਧੀਆ ਗੱਲਾਂ ਕਹੀਆਂ ਅਤੇ ਵਾਕਈ ਡੋਨਰ ਦੇਖੋ ਸਾਲ ਬਾਅਦ
ਇਹ ਅਨਮੋਲ ਵੀਰ ਜੀ ਜਾਂ ਇਹਨਾਂ ਦੀ ਟੀਮ ਹੈ, ਅਸੀਂ ਤਾਂ ਕਹਾਂਗੇ ਪਰਮਾਤਮਾ ਦੀ ਇਹਨਾਂ 'ਤੇ ਮਿਹਰ ਹੈ, ਇਹਨਾਂ 'ਤੇ ਬਹੁਤ ਜ਼ਿਆਦਾ ਕਿਰਪਾ ਹੈ ਵੀ ਰੋਜ਼ ਡੋਨਰ ਪੈਦਾ ਕਰਨੇ ਬਹੁਤ ਵੱਡੀ ਗੱਲ ਹੈ। ਉਸ ਸੱਚੇ ਪਾਤਸ਼ਾਹ ਨੂੰ ਅਸੀਂ ਅਰਦਾਸ ਕਰਦੇ ਹਾਂ ਵੀ ਇਹਨਾਂ ਨੂੰ ਦਿਨ ਦਿਗਣੀ ਰਾਤ ਚੌਗਣੀ ਇਹਨਾਂ ਨੂੰ ਇਸੇ ਤਰੀਕੇ ਨਾਲ ਹੀ ਇਹਨਾਂ ਨੂੰ ਅੱਗੇ ਕਰਦੇ ਰਹਿਣ ਵੀ ਲੋਕਾਂ ਦੀ ਇਹ ਹੈਲਪ ਕਰਦੇ ਰਹਿਣ। ਕਿਉਂਕਿ ਦੇਖੋ ਇਸ ਪਰਮਾਤਮਾ ਕਿਸੇ ਨੇ ਨਹੀਂ ਦੇਖਿਆ, ਉਹਨੇ ਵੀ ਇੱਕ ਜ਼ਰੀਆ ਬਣਾਇਆ ਇੱਕ ਬੰਦੇ ਨੂੰ, ਇਹ ਉਹ ਜ਼ਰੀਆ ਨੇ ਉਹਨਾਂ ਦੀਆਂ ਬਲੈਸਿੰਗ ਲੈਣ ਵਾਸਤੇ। ਔਰ ਮੈਂ ਇਹ ਕਹਿਣਾ ਚਾਹਾਂ ਕਿ ਅੱਜ ਜਦੋਂ ਮੈਂ ਘਰੋਂ ਨਿਕਲਿਆ ਸੀਗਾ ਅਤੇ ਇੱਕ ਆਵਾਜ਼ ਆਈ ਸੀ ਵੀ ਅੱਜ ਕੀ ਦੇਣ ਚੱਲਾਂ ਜੀ, ਕਿੰਨਾ ਦੇਣ ਚੱਲਾਂ, ਤਾਂ ਮੇਰੇ ਅੰਦਰੋਂ ਆਵਾਜ਼ ਆਈ ਯਾਰ ਕਿ ਅੱਜ ਦੇਣ ਨਹੀਂ, ਅੱਜ ਮੈਂ ਲੈਣ ਚੱਲਾਂ, ਅੱਜ ਮੈਂ ਸਕੂਲ ਲੈਣ ਚੱਲਾਂ। ਯਾਰ ਉਹ ਕਿਸੇ ਵੀ ਬਾਹਰ ਹੱਟੀ 'ਚ ਨਹੀਂ ਮਿਲਦਾ, ਆਉਂਦੇ ਆਉਂਦੇ ਮੇਰੇ ਆਇਆ ਵੀ ਇਹ ਕਿਤੇ ਵੀ ਕੋਈ ਦੁਕਾਨ 'ਚ ਨਹੀਂ ਮਿਲਦਾ, ਜੇ ਲੈਣਾ ਤਾਂ ਉਹ ਇੱਥੇ ਆ ਕੇ ਮਿਲਦਾ, ਜਦੋਂ ਕੁਛ ਚੰਦ ਪੈਸੇ ਦੇ ਕੇ ਜੋ ਸਕੂਨ ਮਿਲਦਾ, ਜੋ ਅੱਜ ਮੈਂ ਲੈ ਕੇ ਜਾਵਾਂਗਾ। ਮੈਨੂੰ ਨਹੀਂ ਲੱਗਦਾ ਵੀ ਮੈਨੂੰ ਪਹਿਲਾਂ, ਮੇਰੀ ਵੀ 31-32 ਸਾਲ ਉਮਰ ਹੋ ਗਈ, ਪਹਿਲਾਂ ਇੱਦਾਂ ਦੀ ਕਦੀ ਨੀਂਦ ਆਈ ਹੋਏਗੀ ਕਿ ਅੱਜ ਜੋ ਨੀਂਦ ਆਏਗੀ। ਮੇਰੇ ਅੱਜ ਸਰੀਰ ਦਾ ਰੋਮ ਕਰੰਟ ਮਾਰ ਰਿਹਾ, ਔਰ ਮੈਂ ਕਹਿੰਦਾ ਮੇਰਾ ਇਹ ਸਾਹ ਹੈਂਡਲਾ ਹੋਵੇ ਜੇ ਮੈਂ ਝੂਠ ਬੋਲਾਂ, ਮੇਰਾ ਪੈਰਾਂ ਦੇ ਨੋਹਾਂ ਤੋਂ ਲੈ ਕੇ ਸਿਰ ਤੱਕ ਇਹ ਰੋਮ ਰੋਮ ਖੁਸ਼ ਹੋ ਰਿਹਾ ਅੱਜ ਬਾਈ ਨੂੰ ਮਿਲ ਕੇ, ਰੂਹਾਂ ਅੱਜ ਤਾਂ ਪਰਮਾਤਮਾ ਹੀ ਆ ਕੇ ਮਿਲਿਆ। ਬਿਲਕੁਲ, ਪਤਾ ਕਿਉਂ ਮੈਂ ਅੱਜ ਇਮੋਸ਼ਨਲ ਤਾਂ ਹੋ ਰਿਹਾ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਮੇਰੀ ਜ਼ਿੰਦਗੀ ਦੇ ਵਿੱਚ ਕੀ ਕੁਛ ਹੋਇਆ, ਔਰ ਮੈਨੂੰ ਲੱਗਦਾ ਕਿ ਲੋਹਾ ਜਿੰਨਾ ਹੀ ਗਰਮ ਹੋਊਗਾ ਉਨਾ ਹੀ ਸਖਤ ਬਣੂਗਾ, ਜਿੰਨੀਆਂ ਸੱਟਾਂ ਉਹਦੇ ਪੈਣਗੀਆਂ ਉਨਾ ਜ਼ਿੰਦਗੀ ਦਾ ਉਹ ਬਲ ਸਿੱਖੇਗਾ। ਅਤੇ ਅੱਜ ਗੁਰੂ ਸਾਹਿਬ ਨੇ ਜੋ ਮੈਨੂੰ ਗਿਫਟ ਦਿੱਤਾ ਨਾ, ਮੈਂ ਕਦੀ ਵੀ ਇੰਨਾ ਖੁਸ਼ ਨਾ ਹੁੰਦਾ ਜਿੰਨਾ ਖੁਸ਼ ਮੈਂ ਅੱਜ ਮੈਂ, ਕਿਉਂਕਿ ਅੱਜ ਮੇਰੇ ਕੋਲ ਮਰੀਜ਼ ਨਹੀਂ ਹੈਗੇ ਔਰ ਡੋਨਰ ਖੜ੍ਹੇ ਨੇ। ਮੇਰੇ ਲਈ ਮੇਰੀ ਜ਼ਿੰਦਗੀ ਦੀ ਹੈਪੀਐਸਟ ਮੂਮੈਂਟ ਇਹ ਹੁੰਦੀ ਆ, ਕਿਉਂਕਿ ਜਦੋਂ ਕਿਸੇ ਦਾ ਬੱਚਾ ਬਿਮਾਰ ਹੁੰਦਾ ਨਾ, ਉਦੋਂ ਮਹਿਸੂਸ ਉਹਨੂੰ ਹੀ ਹੁੰਦਾ, ਸਾਹਮਣੇ ਵਾਲੇ ਨੂੰ ਨਹੀਂ ਮਹਿਸੂਸ ਹੁੰਦਾ। ਰੱਬ ਇਹ ਦਿਨ ਕਦੀ ਕਿਸੇ ਤਰ੍ਹਾਂ ਲਿਆਵੇ, ਪਰ ਅੱਜ ਰੂਹ ਖੁਸ਼ ਹੋ ਗਈ। ਅੱਜ ਮੈਂ ਵੀਡੀਓ 'ਚ ਜਿੰਨਾ ਧੰਨਵਾਦ ਕਰਾਂ ਇਹਨਾਂ ਦੇ ਪਰਿਵਾਰ ਦਾ, ਬਾਈ ਦੀ ਸੋਚ ਦਾ, ਕਿ ਅੱਜ ਬਾਈ ਪਰਮਾਤਮਾ ਨੇ ਇਹਨਾਂ ਨੂੰ ਇੰਨੇ ਯੋਗਾ ਕਰਤਾ। ਬਾਈ ਦੇ ਦੋਸਤ ਵੀਰੇ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਨਹੀਂ ਨਹੀਂ ਵੀਰੇ, ਰੱਬ ਰੂਪ ਤਾਂ ਤੁਸੀਂ ਹੋ ਬਾਈ, ਪੈਸੇ ਦੇਣ ਤੁਸੀਂ ਆਏ ਹੋ। ਮਤਲਬ ਮੈਂ ਆਪ ਖੁਸ਼ ਨਸੀਬ ਹਾਂ ਕਿ ਚਲੋ ਭਰਾ ਨੇ, ਬਾਈ ਦੇ ਦੋਸਤ। ਤੁਸੀਂ ਵੀਰੇ ਕੁਛ ਕਹਿਣਾ ਚਾਹੁੰਦੇ ਹੋ? ਤੁਹਾਨੂੰ ਕਿੱਦਾਂ ਤਾਂ ਲੱਗਿਆ ਅੱਜ? ਬਹੁਤ ਵਧੀਆ, ਠੀਕ ਲੱਗਿਆ? ਅਤੇ ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਚਲੋ ਪਰਮਾਤਮਾ ਇਹਨਾਂ ਦੇ ਪੇਸ਼ੈਂਟਾਂ ਨੂੰ। ਮਾਤਾ ਜੀ ਤੁਹਾਨੂੰ ਮਿਲ ਗਿਆ ਆਪਰੇਸ਼ਨ ਵਾਸਤੇ ਪੈਸੇ? ਮਾਤਾ ਜੀ ਇਹਨਾਂ ਇਹ ਮੁੰਡਿਆਂ ਨੂੰ ਜ਼ਰੂਰ ਦੁਆ ਦੇ ਦਿਓ, ਗੁਰਸਾਹਿਬ ਅੱਗੇ ਅਰਦਾਸ ਕਰਿਓ, ਅਰਦਾਸ ਜ਼ਰੂਰ ਕਰਿਓ ਕਿ ਪਰਮਾਤਮਾ ਇਹਨਾਂ ਦੀ ਬਰਕਤ ਪਾਵੇ, ਜਿਨ੍ਹਾਂ ਦੇ ਸਦਕਾ ਤੁਸੀਂ ਪਾਠ ਕਰਕੇ ਅਰਦਾਸ ਕਰਾਂਗੇ ਮਹਾਰਾਜ, ਇਹਨਾਂ ਦੀ ਕਮਾਈ 'ਚ ਬਹੁਤ ਬਹੁਤ ਤਰੱਕੀ ਹੋਵੇ। ਇਹ ਚੀਜ਼ਾਂ ਨਹੀਂ ਭਾਅ ਜੀ ਦੁਨੀਆਂ 'ਚ ਕਿਤੇ ਵੀ ਹੈਗੀਆਂ, ਦੁਨੀਆਂ ਦੀ ਸਭ ਤੋਂ ਅਮੀਰ ਚੀਜ਼ ਵੀ ਦੇ ਕੇ ਇਹ ਚੀਜ਼ ਨਹੀਂ ਮਿਲਣੀ ਜਿਹੜੀ ਅਜੇ ਬਾਈਆਂ ਨੇ ਖੱਟੀ ਹੈ। ਅਤੇ ਮੇਰੇ ਕੋਲ ਵੀਡੀਓ ਜਿੰਨੀ ਮਰਜ਼ੀ ਲੰਬੀ ਕਰਾ ਲਓ, ਅੱਜ ਮੈਂ ਬਹੁਤ ਖੁਸ਼ ਹਾਂ। ਜਦੋਂ ਮਾਮਾ ਇੱਦਾਂ ਦੋਨੇ ਹੱਥ ਜੋੜ ਕੇ ਸਾਡੇ ਤਾਂ ਵੈਸੇ ਦਿਲ ਪਿਘਲ ਜਾਂਦਾ, ਮੈਂ ਤਾਂ ਆਪ ਹੈਰਾਨ ਹਾਂ ਕਿ ਕਿੰਨੇ ਸੋ ਖੁਸ਼ ਨਸੀਬ ਹੈ ਵੀ ਅਸੀਂ ਸਾਨੂੰ ਜ਼ਰੀਆ ਮਿਲਿਆ ਤੁਹਾਡੇ ਵਰਗਾ, ਨਹੀਂ ਤਾਂ ਬਹੁਤ ਔਖਾ ਹੈ ਕਿਸੇ 'ਤੇ ਵਿਸ਼ਵਾਸ ਕਰਨਾ। ਇਹ ਕਹਿ ਹੁੰਦਾ ਕਿ ਆਪਾਂ ਜੇ ਜਿਹਨੂੰ ਹੈਲਪ ਕਰੀਏ ਤਾਂ ਉਹ ਤਾਂ ਹੀ ਮਜ਼ਾ ਆਉਂਦਾ ਨਾ, ਸਾਨੂੰ ਵੀ ਆਪਾਂ ਹੈਲਪ ਕੀਤੀ, ਅਗਰ ਸਾਨੂੰ ਲੱਗੇ ਵੀ ਸਹੀ ਜਗ੍ਹਾ 'ਤੇ ਜਾ ਰਹੀ ਹੈ, ਤਾਂ ਇਸ ਤੋਂ ਵਧੀਆ ਜ਼ਰੀਆ ਕੀ ਹੋ ਸਕਦਾ ਹੈਗਾ? ਸਾਨੂੰ ਹੋਰ ਕੁਛ ਨਹੀਂ ਮਾਇੰਡ 'ਚ ਆਇਆ, ਜਦੋਂ ਬੰਦੇ ਹੈਲਪ ਦੀ ਗੱਲ ਆਉਂਦੀ ਤਾਂ ਇਹਨਾਂ ਦਾ ਨਾਮ ਪਹਿਲਾਂ ਆਉਂਦਾ ਅਨਮੋਲ ਜੀ ਦਾ, ਸਾਨੂੰ ਪਤਾ ਲੱਗਦਾ ਵੀ ਜੈਨੂਨ ਹੈਲਪ, ਜੈਨੂਨ ਜੇ ਸਾਨੂੰ ਬਿਲਕੁਲ ਜੈਨੂਨ ਹੈਲਪ, ਤੁਸੀਂ ਘਰ ਜਾਓ 2.5 ਘੰਟੇ ਦੇ ਖੜੇ ਆ, ਔਰ ਜਿਹੜਾ ਬਿਲਕੁਲ ਸਹੀ ਮਰੀਜ਼ ਆ ਉਹਨੂੰ ਹੀ ਹੈਲਪ ਹੋ ਰਹੀ ਹੈ, ਵੈਰੀਫਿਕੇਸ਼ਨ ਇਨਵੈਸਟੀਗੇਸ਼ਨ ਬਹੁਤ ਅੱਛੀ ਰਹੀ, ਟੀਮ ਦੀ ਸਾਰੀ ਇਹਨਾਂ ਦੀ ਬਹੁਤ ਵਧੀਆ ਲੱਗੀ ਸਾਨੂੰ। ਬਾਕੀ ਇਹਨਾਂ ਦੇ ਜਿਹੜੇ ਨਾਲ ਮਿਹਨਤ ਕਰਦੇ ਨੇ, ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਸਟਾਫ ਮੈਂਬਰ ਨੇ ਉਹ ਦਿਲੋਂ ਮਿਹਨਤ ਕਰਦੇ, ਬੜਾ ਇੱਕ ਤੇ ਇਹ ਵੀ ਇੱਕ ਕਲਾ ਆ ਇਨਵੈਸਟੀਗੇਸ਼ਨ ਵੈਰੀਫਿਕੇਸ਼ਨ, ਫਿਰ ਉਸ ਤੋਂ ਬਾਅਦ ਸਾਡੇ ਸਾਹਮਣੇ ਉਹ ਚੀਜ਼ ਲਿਆਉਣੀ ਵੀ ਹਾਂ ਵੀ ਇੱਥੇ ਜ਼ਰੂਰਤ ਹੈ। ਨਹੀਂ ਤਾਂ ਮੈਂ ਵੀ ਦੇਖਿਆ ਇੱਥੇ ਮੋਹਣੀ ਭਾਅ ਜੀ ਦੇਖ ਕਰਦੇ ਪਏ ਸੀਗੇ, ਕਈ ਤਰ੍ਹਾਂ ਦੇ ਲੋਕ ਆਉਂਦੇ ਪਏ ਕੁਛ ਵੀ ਕਹਿ ਕੇ ਚਲੇ ਜਾਂਦੇ ਸੀਗੇ, ਉਹਨਾਂ ਤੋਂ ਕਿੱਦਾਂ ਉਹਨਾਂ ਨੂੰ ਜੱਜ ਕਰਨਾ ਲੋਕਾਂ ਨੂੰ ਵੀ ਕਿੰਨੀ ਸੱਚੀ ਲੋੜ ਹੈ, ਤਾਂ ਕਿ ਸਾਡਾ ਵੀ ਖਿਆਲ ਰੱਖਣਾ ਔਰ ਉਹਨਾਂ ਦਾ ਵੀ ਖਿਆਲ ਰੱਖਣਾ, ਦੋਨਾਂ ਨੂੰ ਕਿੱਦਾਂ ਬੈਲੈਂਸ ਕਰਨਾ। ਜ਼ਿੰਦਗੀ 'ਚ ਬੈਲੈਂਸ ਤਾਂ ਸਭ ਤੋਂ ਜ਼ਰੂਰੀ ਹੈ ਜੀ, ਬੈਲੈਂਸ ਵਰਡ ਹੀ ਇੱਦਾਂ ਦੇ ਘਰ ਵਿੱਚ ਬੈਲੈਂਸ ਹੋਵੇ ਅਤੇ ਸਹੀ ਰਹਿੰਦਾ। ਮੈਂ ਆਪਣੀ ਜ਼ਿੰਦਗੀ 'ਚ ਭਾਅ ਜੀ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਸੀ ਜਦੋਂ ਗੁਰੂ ਸਾਹਿਬ ਨੇ ਸੇਵਾ ਸ਼ੁਰੂ ਕਰਾਈ ਸੀ ਕਿ ਮੈਂ ਹਮੇਸ਼ਾ ਸੇਵਾ ਡੋਨਰ ਕੋਲ ਉੱਦਾਂ ਕਰਾਊਂਗਾ ਜਿਵੇਂ ਮੈਂ ਆਪਣੀ ਜੇਬ 'ਚੋਂ ਕਰਨੀ ਹੁੰਦੀ, ਦਰ ਦੋ ਪਤਾ ਲੱਗਦਾ। ਇਹ ਨਹੀਂ ਕਿ ਤੁਸੀਂ ਮੈਨੂੰ 1,00,000 ਰੁਪਇਆ ਦੇ ਗਏ ਅਤੇ ਜੇ 50,000 ਦਾ ਨੁਕਸਾਨ ਵੀ ਹੋ ਗਿਆ ਤਾਂ ਮੈਂ ਕਹਿਣਾ ਡੋਨਰ ਨੂੰ ਕਿਹੜਾ ਦਿਖਦਾ ਪਿਆ 50,000 ਦਾ ਨੁਕਸਾਨ ਹੋ ਗਿਆ, ਕੋਈ ਗੱਲ ਨਹੀਂ। ਮੇਰੇ ਕੋਲ ਅਕਾਲ ਇੱਕ ਮਰੀਜ਼ ਆਇਆ, ਕਹਿੰਦਾ ਮੇਰੇ ਬੱਚੇ ਨੂੰ ਕੈਂਸਰ ਹੈ, ਮੈਂ ਕਿਹਾ ਕੈਂਸਰ ਦੀ ਨਾ ਸਰਕਾਰ ਵੱਲੋਂ ਫਾਈਲ ਫਰੀ ਬਣਦੀ ਆ, ਇੱਕ ਅਸੀਂ ਤੁਹਾਡੀ ਉਹ ਬਣਵਾ ਦਿੰਦੇ ਹਾਂ, ਸਰਕਾਰੀ ਫੰਡ ਆ ਜੂਗਾ, ਉਸ ਤੋਂ ਬਾਅਦ ਜੇ ਉਹ ਖਤਮ ਹੋ ਗਿਆ ਅਸੀਂ ਤੁਹਾਡੀ ਫਾਈਨੈਂਸ਼ੀਅਲ ਹੈਲਪ ਕਰਾਂਗੇ। 5 ਵਜੇ ਦੇ ਅਸੀਂ ਬੈਠੇ ਹਾਂ, ਅਸੀਂ ਵਿਹਲੇ ਹਾਂ, ਅਸੀਂ ਸੋਚਿਆ ਤੁਸੀਂ ਮਦਦ ਕਰੋਗੇ, ਮੈਂ ਕਿਹਾ ਵੀਰ ਅਸੀਂ ਮਦਦ ਲਈ ਬੈਠੇ ਹਾਂ, ਅਤੇ ਸਾਡੀ ਗੱਲ ਤਾਂ ਸਮਝੋ ਕਿ ਤੁਸੀਂ ਮੇਰੇ ਕੋਲ ਮਦਦ ਲੈਣ ਆਏ ਹੋ ਕਿ ਮੇਰੇ ਮੁੰਡੇ ਨੂੰ ਕੈਂਸਰ ਹੈ। ਮੈਂ ਕਿਹਾ ਜੀ ਕੈਂਸਰ ਦਾ ਇਲਾਜ ਦਾ ਤਾਂ ਸਰਕਾਰ ਹੀ 5,00,000 ਦਾ ਫ੍ਰੀ ਕਰ ਰਹੀ ਹੈ, ਅਤੇ ਮੈਂ ਤੁਹਾਨੂੰ ਪੈਸੇ ਕਿਸ ਚੀਜ਼ ਦੇ ਦੇਵਾਂ? ਵੀਰੇ ਮੈਨੂੰ ਸੀਗਾ ਕਿ ਤੂੰ ਮਦਦ ਕਰੇਗਾ, ਮਤਲਬ ਮੇਰੀ ਉਹ ਬੰਦਾ ਗੱਲ ਦਾ ਜਵਾਬ ਕੋਈ ਨਹੀਂ ਦੇ ਰਿਹਾ ਸੀ, ਪਰ ਆਪਣੀ ਜਿੱਦਾਂ ਇੱਕ
ਤੇ ਬਾਕੀ ਗੱਲਾਂ ਚੱਲਦੀਆਂ ਰਹਿਣੀਆਂ। ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿ ਹੋਰ ਡੋਨਰ ਜਿਹੜੇ ਪੈਸੇ ਦੇਣ ਵਾਲੇ ਨੇ, ਅਗਰ ਤੁਹਾਨੂੰ ਪਰਮਾਤਮਾ ਨੇ ਇੰਨੇ ਯੋਗਾ ਕੀਤਾ ਹੋਇਆ ਕਿ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ, ਤਾਂ ਜ਼ਰੂਰ ਆਪਣਾ ਦਸਵੰਧ ਕਿਸੇ ਐਸੇ ਲੇਖੇ ਲਾਓ ਜਿਹਦੇ ਨਾਲ ਕਿਸੇ ਦੀ ਜਾਨ ਬਚ ਸਕੇ। ਭਾਵੇਂ ਉਹ ਤੁਸੀਂ ਇਸ ਐਨ ਜੀ ਓ ਦੇ ਥਰੂ ਕਰੋ ਜਾਂ ਡਾਇਰੈਕਟ ਕਰੋ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕੋਲ ਹੀ ਆਓ, ਆਪਣੇ ਆਲੇ ਦੁਆਲੇ ਮੁਹੱਲੇ ਦੇ ਵਿੱਚ ਛੋਟਾ ਜਿਹਾ ਗਰੁੱਪ ਬਣਾਓ, ਉਹ ਗਰੁੱਪ ਦੇ ਵਿੱਚ ਅਨਾਊਂਸ ਕਰੋ ਕਿ ਜੇ ਕੋਈ ਤੁਹਾਡੇ ਮੁਹੱਲੇ 'ਚ ਕਿਸੇ ਨੂੰ ਕੋਈ ਦਿੱਕਤ ਹੈ ਪੜ੍ਹਾਈ ਦੀ ਜਾਂ ਮਰੀਜ਼ ਦੀ, ਤਾਂ ਉਹਨੂੰ ਉਹਦਾ ਇਲਾਜ ਕਰਾਇਆ ਜਾਵੇ। ਅਤੇ ਬਾਕੀ ਉਹ ਸਾਡੀ ਦਿਲ ਦੀ ਇੱਕ ਇੱਕ ਗੱਲ ਤਾਂ ਗੁਰਸਾਹਿਬ ਸਾਹਿਬ ਸਮਝਦੇ ਨੇ, ਸਾਡੀ ਟੀਮ ਦਾ ਜਿੱਦਾਂ ਬਾਈ ਨੇ ਕਿਹਾ ਬਹੁਤ ਵੱਡਾ ਧੰਨਵਾਦ ਹੈ ਜਿਹੜੀ ਇੱਥੇ ਰੋਜ਼ ਆਉਂਦੀ ਹੈ। ਅਤੇ ਮੈਨੂੰ ਇੱਕ ਚੀਜ਼ ਦਾ ਮਾਣ ਬਹੁਤ ਹੈ ਇਸ ਐਨ ਜੀ ਓ ਦੇ ਉੱਤੇ, ਕਹਿੰਦੇ ਵੈਸੇ ਮਾਣ ਕਰਨਾ ਨਹੀਂ ਚਾਹੀਦਾ, ਪਰ ਮੈਨੂੰ ਟੀਮ ਇਸ ਟੀਮ ਉੱਤੇ ਮਾਣ ਆ, ਆਪਣੇ ਉੱਤੇ ਨਹੀਂ, ਕਿ ਇਹ ਟੀਮ ਰੈਗੂਲਰ 365 ਦਿਨ ਪਿਛਲੇ 4 ਸਾਲਾਂ ਤੋਂ ਰੋਜ਼ ਲੋਕਾਂ ਨੂੰ ਮਿਲਣ ਦਾ ਸਮਾਂ ਦਿੰਦੀ ਹੈ। ਇਹ ਇੱਕ ਲੌਤੀ ਐਨ ਜੀ ਓ ਹੈ ਇਕੱਲੀ, ਜਿਹਦਾ ਆਫਿਸ ਵੀ ਹੈ ਨਹੀਂ, ਸਿਰ ਦੇ ਉੱਤੇ ਪੱਖਾ ਵੀ ਹੈ ਨਹੀਂ, ਉਹ ਗੁਰਸਾਹਿਬ ਵੀ ਬੈਠੇ ਨੇ ਸਿੱਧਾ ਉੱਪਰ, ਔਰ ਖੜ੍ਹ ਕੇ ਮਰੀਜ਼ ਨਾਲ ਗੱਲ ਕੀਤੀ ਜਾਂਦੀ। ਕਿਉਂ? ਸਾਡੀ ਐਨ ਜੀ ਓਜ਼ ਦੇ ਵਿੱਚ ਫੰਡਿੰਗ ਲੈ ਕੇ ਨਾ ਅਸੀਂ ਆਫਿਸ ਬਣਾ ਸਕਦੇ ਹਾਂ, ਨਾ ਅਸੀਂ ਆਪਣਾ ਵਹੀਕਲ ਲੈ ਸਕਦੇ ਹਾਂ, ਨਾ ਅਸੀਂ ਉਹ 'ਚ ਤੇਲ ਪਵਾ ਸਕਦੇ ਹਾਂ, ਨਾ ਅਸੀਂ ਸੈਲਰੀਆਂ ਲੈ ਸਕਦੇ ਹਾਂ। ਜੇ ਅਸੀਂ ਵੀ ਫੰਡਿੰਗ ਲੈਂਦੇ ਹੁੰਦੇ ਤਾਂ ਸ਼ਾਇਦ ਸਾਡਾ ਵੀ ਇੱਕ ਆਫਿਸ ਹੁੰਦਾ, ਸਾਡਾ ਵੀ ਇੱਕ ਕੁਰਸੀ ਸਿਸਟਮ ਵਧੀਆ ਹੁੰਦਾ ਬੈਠਣ ਦਾ, ਅਤੇ ਸਾਨੂੰ ਵੀ ਕੋਈ ਦਿੱਕਤ ਨਾ ਹੁੰਦੀ। ਕਹਿੰਦੇ ਤੂੰ ਰੋਜ਼ ਕਲਪਦਾ ਕਿਉਂ ਆ? ਕਲਪਣ ਦਾ ਕਾਰਨ ਇਹ ਹੈ ਕਿ ਸਾਨੂੰ ਕੱਲ੍ਹ ਨੂੰ ਫਿਰ ਡੋਨਰ ਚਾਹੀਦੇ, ਪਰਸੋਂ ਫਿਰ ਡੋਨਰ ਚਾਹੀਦੇ, ਚੌਥ ਨੂੰ ਫਿਰ ਡੋਨਰ ਚਾਹੀਦੇ, ਰੋਜ਼ ਡੋਨਰ ਚਾਹੀਦੇ। ਇੰਨੀਆਂ ਕੁ ਬੇਨਤੀਆਂ ਨਾਲ ਅੱਜ ਤੁਹਾਡੇ ਮੂਹਰੇ ਲਾਈਵ ਹੋਏ ਸੀ, ਜਿੰਨੇ ਅੱਜ ਬਾਈਆਂ ਦੀ ਆ ਹੈਲਪ ਹੋਈ ਹੈ, ਬਾਈ ਵੱਲੋਂ ਹੋਈ ਹੈ, ਅਤੇ 3 ਪੇਸ਼ੈਂਟ ਇਹਦੇ ਵਿੱਚੋਂ ਅਸੀਂ ਪੀ ਜੀ ਆਈ ਦਾ ਟ੍ਰੀਟਮੈਂਟ ਕਰਾਉਣਾ। ਇਹ ਮਾਤਾ ਜੀ ਦਾ ਲੁਧਿਆਣੇ ਤੋਂ ਹੋਣਾ, ਇਹਨਾਂ ਦਾ ਵੀ ਲੁਧਿਆਣੇ ਚੱਲ ਰਿਹਾ, ਇਹ ਵੀ ਪੀ ਜੀ ਆਈ ਜਾ ਰਹੇ ਨੇ। ਅਤੇ ਤੁਹਾਡੇ ਆਲੇ ਦੁਆਲੇ ਵੀ ਜੇ ਕੋਈ ਲੋੜਵੰਦ ਮਰੀਜ਼ ਹੈਗਾ ਸਾਡੇ ਕੋਲ, ਜ਼ਰੂਰ ਸੰਪਰਕ ਕਰੋ, ਸਾਨੂੰ ਮਿਲੋ। ਇਸ ਵੀਡੀਓ ਦੇ ਉੱਪਰ ਮੈਂ ਆਪਣੇ 3 ਨੰਬਰ ਜ਼ਰੂਰ ਅਟੈਚ ਕਰੂੰਗਾ, ਅਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਕਿ ਕਿਸੇ ਲੋੜਵੰਦ ਮਰੀਜ਼ ਤੱਕ ਵੀਡੀਓ ਪਹੁੰਚੇ, ਕਿ ਜੇ ਤੁਹਾਡੇ ਆਲੇ ਦੁਆਲੇ ਕੋਈ ਲੋੜਵੰਦ ਸਾਡੀ ਇਨਕੁਆਇਰੀ ਜਸਟੀਫਿਕੇਸ਼ਨ ਕਰਨ ਤੋਂ ਬਾਅਦ, ਇਹ ਨਾ ਹੋਵੇ ਕਿ ਤੁਸੀਂ ਇਸ ਆਸ ਦੇ ਵਿੱਚ ਸਾਡੇ ਕੋਲ ਆ ਜਾਓ ਕਿ ਸ਼ਾਇਦ ਉੱਥੇ ਪੈਸਾ ਮਿਲਦਾ, ਸ਼ਾਇਦ ਉੱਥੇ ਸਿੱਧਾ ਜਾਂਦੀ ਪੈਸਾ ਮਿਲ ਜੂਗਾ, ਇੱਦਾਂ ਦੀ ਕੋਈ ਗੱਲ ਨਹੀਂ। ਇੱਥੇ ਆਉਂਦੇ ਨੇ ਬੰਦੇ, ਗੱਲਬਾਤ ਹੁੰਦੀ ਹੈ, ਗੱਲਬਾਤ ਕਰਕੇ ਉਹਨਾਂ ਦੀ ਘਰ ਦੀ ਇਨਕੁਆਇਰੀ ਕਰਾਈ ਜਾਂਦੀ ਹੈ। ਇਨਕੁਆਇਰੀ ਕਰਕੇ ਪਹਿਲਾਂ ਸਰਕਾਰੀ ਇਲਾਜ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਰਕਾਰੀ ਇਲਾਜ ਫਰੀ ਹੋ ਜਾਵੇ, ਜੇ ਸਰਕਾਰ ਵੱਲੋਂ ਇਲਾਜ ਨਹੀਂ ਕੀਤਾ ਜਾਂਦਾ, ਕਿਉਂਕਿ ਹੁਣ ਅੱਜ ਕੱਲ੍ਹ ਕੋਵਿਡ ਚੱਲ ਰਿਹਾ ਤਾਂ ਵੈਸੇ ਹੀ ਓਪਰੇਸ਼ਨ ਬੰਦ ਨੇ ਸਰਕਾਰੀ, ਫਿਰ ਉਸ ਤੋਂ ਬਾਅਦ ਸਸਤਾ ਕੋਈ ਪ੍ਰਾਈਵੇਟ ਹੋਸਪਿਟਲ ਲੱਭ ਕੇ ਕਿਸੇ ਡਾਕਟਰ ਵਧੀਆ ਹੋਵੇ ਅਤੇ ਰੇਟ ਜਾਇਜ਼ ਹੋਣ, ਉੱਥੇ ਇਲਾਜ ਕਰਾਇਆ ਜਾਂਦਾ। ਜਿੱਦਾਂ ਮਾਤਾ ਜੀ ਦੇ ਘਰ ਦੇ ਵਿੱਚ ਕੋਈ ਜਾਣ ਵਾਲਾ ਪੀ ਜੀ ਆਈ ਦੇ ਪਟਿਆਲੇ ਹੈ ਨਹੀਂ, ਇਹਨਾਂ ਦਾ ਅਸੀਂ ਓਪਰੇਸ਼ਨ ਪਤਾ ਕੀਤਾ ਲੁਧਿਆਣੇ ਤੋਂ, ਤਾਂ ਅਸੀਂ ਲੁਧਿਆਣੇ 'ਚ ਜਿਹੜਾ ਸਭ ਤੋਂ ਵਧੀਆ ਅਤੇ ਸਭ ਤੋਂ ਸਸਤਾ ਡਾਕਟਰ, ਰੱਬ ਰੂਪ ਡਾਕਟਰ, ਕਿਉਂਕਿ ਜਿਹੜੇ ਡਾਕਟਰਾਂ ਦੀ ਉਮਰ ਹੋ ਜਾਂਦੀ ਹੈ ਉਹਨਾਂ ਨੂੰ ਪੈਸੇ ਦੀ ਤਮਾ ਥੋੜ੍ਹੀ ਜਿਹੀ ਘੱਟ ਜਾਂਦੀ ਹੈ, ਕਿਉਂਕਿ ਉਹਨਾਂ ਕੋਲ ਪੈਸਾ ਆਲਰੇਡੀ ਬਹੁਤ ਹੋ ਚੁੱਕਾ ਹੁੰਦਾ, ਤਾਂ ਉਹ ਸਾਨੂੰ ਓਪਰੇਸ਼ਨ ਦੇ ਰੇਟ ਥੋੜ੍ਹਾ ਜਿਹਾ ਰੇਟ ਟੂ ਰੇਟ ਲਾ ਦਿੰਦੇ। ਇਹਨਾਂ ਦਾ ਓਪਰੇਸ਼ਨ ਡਾਕਟਰ ਸਾਹਿਬ ਨੇ 25 ਤੋਂ 30 ਹਜ਼ਾਰ ਰੁਪਏ ਦੱਸਿਆ, ਤਾਂ ਜੇ ਕੋਈ ਵੀਡੀਓ ਦੇਖ ਕੇ ਵੀਰ ਇਹ ਓਪਰੇਸ਼ਨ 25-30 ਹਜ਼ਾਰ ਤੋਂ ਵੀ ਸਸਤਾ ਕਰਾ ਸਕਦਾ ਵਧੀਆ ਡਾਕਟਰ ਕੋਲੋਂ, ਅਸੀਂ ਉਸ ਹੋਸਪਿਟਲ ਵੀ ਇਹਨਾਂ ਦਾ ਓਪਰੇਸ਼ਨ ਕਰਾ ਸਕਦੇ। ਕਈ ਵੀਰਾਂ ਦੇ ਦਿਲ ਦੇ ਵਿੱਚ ਹੁੰਦਾ ਕਿ ਇਸ ਹੋਸਪਿਟਲ ਕਿਉਂ ਨਹੀਂ ਕਰਾਉਂਦੇ, ਇਸੇ ਕਿਉਂ ਕਰਾਉਂਦੇ ਹੋ, ਇੱਥੇ ਕਿਉਂ ਨਹੀਂ ਕਰਾਉਂਦੇ, ਤਾਂ ਉਹ ਗੱਲਾਂ ਦੇ ਜਵਾਬ ਨੇ ਕਿ ਉਹ ਇੱਥੇ ਖੜ੍ਹ ਕੇ ਜਵਾਬ ਮਿਲ ਸਕਦੇ ਨੇ, ਬਹਿ ਕੇ ਗੱਲਬਾਤ ਕਰਕੇ ਫੇਸਬੁੱਕ 'ਤੇ ਜਵਾਬ ਨਹੀਂ ਦਿੱਤੇ ਜਾਣੇ। ਬਾਕੀ ਇੰਸਟਾਗ੍ਰਾਮ ਅਤੇ ਫੇਸਬੁੱਕ ਫੈਮਿਲੀ ਦਾ, ਦੋਨਾਂ ਦਾ ਧੰਨਵਾਦ ਕਿ ਤੁਸੀਂ ਸਾਨੂੰ ਇਸ ਕਾਬਲ ਸਮਝਿਆ, ਅਤੇ ਬਾਈ ਹੋਣਾਂ ਦਾ ਫਿਰ ਥੈਂਕ ਯੂ ਜਿਹੜੇ ਸੇਵਾ ਕਰਨ ਆਏ ਨੇ, ਅਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।